ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਪਿੰਨਾ ਅੰਮ੍ਰਿਤ ਕੀਰਤਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਦਿੱਲੀ ਵਾਲਿਆਂ ਪਾਸੋਂ ਸਰਵਣ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਜੋ ਵਿਚਾਰ ਜੋ ਬਖਸ਼ਿਸ਼ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਹੈ ਉਸ ਦੇ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਇਸ ਪ੍ਰਕਾਰ ਵਰਣਨ ਕਰ ਰਹੇ ਹਨ। ਸੁਣੀਏ ਉਹਨਾਂ ਦੇ ਅਮੋਲਕ ਰਤਨ ਲਾਲ ਅਮਲੀਕ ਇਹ ਰਤਨਾਂ ਦੇ ਰੂਪ ਵਿੱਚ ਮਹਾਰਾ ਛੰਦ ਇੱਕ ਛੰਦ ਦਾ ਨਾਮ ਮਾਰਹ ਛੰਦ ਹੈ ਜੋ ਦਸ਼ਮੇਸ਼ ਪਿਤਾ ਜੀ ਨੇ ਦਸਮ ਗ੍ਰੰਥ ਵਿੱਚ ਤਕਰੀਬਨ ਇੱਥੇ ਪਹਿਲੀ ਵਾਰੀ ਵਰਣਨ ਕੀਤਾ ਹੈ ਔਰ ਵਰਤਿਆ ਹੈ। ਹਿਤ ਸੰਗ ਪੁਨਾਰਨ ਅਤ ਬਿਵਚਾਰਨ ਸੰਸਾਰ ਦੇ ਅੰਦਰ ਆਸਮਾਨ ਤੋਂ ਜਦੋਂ ਪਾਣੀ ਦੀ ਬੂੰਦ ਡਿੱਗਦੀ ਹੈ ਬਹੁਤ ਪਵਿੱਤਰ ਹੁੰਦੀ ਹੈ ਬਹੁਤ ਸ਼ੁੱਧ ਹੁੰਦੀ ਹੈ। ਆਦਮੀ ਦੇ ਸਰੀਰ ਤੇ ਬਰਸਾਤ ਦੀਆਂ ਬੂੰਦਾਂ ਪੈਂਦੀਆਂ ਹਨ ਤਪਸ਼ ਮਿਟ ਜਾਂਦੀ ਸਰੀਰ ਦੀਆਂ ਕਈ ਬਿਮਾਰੀਆਂ ਆਕਾਸ਼ੀ ਬੂੰਦਾਂ ਵਿੱਚ ਨਹਾਤਿਆਂ ਠੀਕ ਹੋ ਜਾਂਦੀਆਂ ਹਨ। ਪੰਜਾਬ ਦੇ ਲੋਕ ਤਾਂਹੀਓ ਗਰਮੀ ਦੀ ਮੌਸਮ ਵਿੱਚ ਜਦੋਂ ਬਰਸਾਤ ਹੁੰਦੀ ਏ ਖਾਸ ਤੌਰ ਤੇ ਛੋਟੇ ਛੋਟੇ ਬੱਚੇ ਬਰਸਾਤ ਵਿੱਚ ਨਹਾਉਂਦੇ ਨੇ ਜੇ ਕੋਈ ਉਹਨਾਂ ਨੂੰ ਪੁੱਛੇ ਵੀ ਕਿਉਂ ਨਹਾਉਂਦੇ ਉਹ ਤਾਂ ਕਹਿੰਦੇ ਨੇ ਪਿੱਤ ਮਾਰਨੇ ਆ ਔਰ ਸੱਚਮੁੱਚ ਉਹਨਾਂ ਆਕਾਸੀ ਨਿਰਮਲ ਬੂੰਦਾਂ ਨਾਲ ਉਹ ਚਰਮ ਰੋਗ ਚਮੜੀ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਉਂਝ ਵੀ ਮਨੁੱਖ ਨੂੰ ਗਰਮੀ ਵੱਲੋਂ ਥੋੜੀ ਜਿਹੀ ਰਾਹਤ ਪ੍ਰਾਪਤ ਹੁੰਦੀ ਹੈ ਉਹ ਆਕਾਸ਼ੀ ਨਿਰਮਲ ਬੂੰਦ ਜੇਕਰ ਧਰਤੀ ਉੱਪਰ ਪੈ ਜਾਵੇ ਜਿਸ ਧਰਤੀ ਉੱਪਰ ਮਿੱਟੀ ਉੱਡਦੀ ਏ ਚਾਰ ਚਫੇਰੇ ਸੋਕਾ ਹੀ ਸੋਕਾ ਪ੍ਰਤੀਤ ਹੁੰਦਾ ਉਸ ਨਿਰਮਲ ਬੂੰਦ ਦੇ ਪੈਣ ਨਾਲ ਸਾਵਣ ਵਣ ਹਰਿਆਵਲੇ ਭਾਈ ਗੁਰਦਾਸ ਜੀ ਹਰਿਆਵਲਤਾ ਹੀ ਹਰਿਆਵਲਤਾ ਛਾ ਜਾਂਦੀ ਹੈ। ਉਹ ਬੂੰਦਾਂ ਜਦੋਂ ਨਦੀਆਂ ਦੇ ਰੂਪ ਵਿੱਚ ਨਦੀਆਂ ਦਾ ਪ੍ਰਵਾਹ ਬਣ ਕੇ ਵਗਦੀਆਂ ਹਨ ਲੋਕ ਤੀਰਥ ਸਮਝ ਕੇ ਇਸ਼ਨਾਨ ਕਰਦੇ ਹਨ ਕਿ ਤੀਰਥਾਂ ਦੇ ਇਸ਼ਨਾਨ ਤੋਂ ਮਨੁੱਖ ਨੂੰ ਪਵਿੱਤਰਤਾ ਪ੍ਰਾਪਤ ਹੁੰਦੀ ਹੈ। ਭਾਰਤ ਦੇ ਬਹੁਤ ਸਾਰੇ ਲੋਕ ਗੰਗਾ ਜਮੁਨਾ ਸਰਸਵਤੀ ਨੂੰ ਹੋਰ ਨਦੀਆਂ ਨੂੰ ਅੱਜ ਵੀ ਤੀਰਥ ਮੰਨਦੇ ਹਨ। ਸਿੱਖ ਧਰਮ ਵਿੱਚ ਇਹਨਾਂ ਨਦੀਆਂ ਦੇ ਰੂਪ ਵਿੱਚ ਹੀ
ਜੇ ਕੋਈ ਤੀਰਥ ਮੰਨਣਾ ਪਵੇ ਤਾਂ ਫਿਰ ਉਹ ਹੈ ਸਤਲੁਜ ਦੀ ਨਦੀ, ਜਿਸ ਦਾ ਜਲ ਦਸ਼ਮੇਸ਼ ਪਿਤਾ ਜੀ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਵਰਤਿਆ। ਔਰ ਬਾਣੀ ਦਾ ਜਾਪ ਕਰਕੇ, ਬਾਣੀ ਦਾ ਪਾਠ ਕਰਕੇ ਅਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਸੇ ਨਦੀ ਦੇ ਪਾਣੀ ਨੂੰ ਅੰਮ੍ਰਿਤ ਬਣਾਇਆ ਤਾਂ ਉਹ ਸੀ ਸਤਲੁਜ ਨਦੀ ਦਾ ਜਲ ਪਿਆਰਨ ਲਾਖੋ ਸ੍ਰੀ ਵਾਹਿਗੁਰੂ। ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦੇ ਵਿਚਾਰ ਦੇ ਆਰੰਭ ਅੰਦਰ ਸਾਨੂੰ ਸਮਝਾ ਰਹੇ ਨੇ, ਹਾਂ ਆਕਾਸ਼ ਦੀ ਨਿਰਮਲ ਬੂੰਦ ਜਦੋਂ ਨਦੀਆਂ ਦੇ ਪ੍ਰਵਾਹ ਵਿੱਚ ਪੈ ਕੇ ਵਗੀ ਤੇ ਉਹ ਨਦੀਆਂ ਤੀਰਥ ਬਣ ਗਈਆਂ, ਤੇ ਮਨੁੱਖਾਂ ਦੀ ਤਨ ਤੇ ਮਨ ਦੋਨਾਂ ਦੀ ਮੈਲ ਉਤਾਰਨ ਦੀ ਉਹਨਾਂ ਨੂੰ ਸਮਰੱਥਾ ਪ੍ਰਾਪਤ ਹੋਈ। ਪਰ ਉਹ ਨਦੀਆਂ, ਉਹ ਨਿਰਮਲ ਬੂੰਦਾਂ ਮਨੁੱਖ ਦੀ ਸ਼ੋਹ ਪ੍ਰਾਪਤ ਕਰਕੇ, ਮਨੁੱਖ ਦੀ ਸ਼ੋਹ ਦੁਆਰਾ ਮਲੀਨ ਹੋ ਗਈਆਂ। ਭਗਤ ਕਬੀਰ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ, ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੀ ਫੂਮ ਮਿਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਸ਼ਲੋਕ ਭਗਤ ਕਬੀਰ ਕੇ। ਆਸਮਾਨ ਤੋਂ ਧਰਤੀ ਤੱਕ ਡਿੱਗਦਿਆਂ ਆਕਾਸ਼ੀ ਬੂੰਦ ਨੂੰ ਕਿਸੇ ਦੀ ਸ਼ੋਹ ਨਹੀਂ ਪ੍ਰਾਪਤ ਹੋਈ, ਉਹ ਨਿਰਮਲ ਦੀ ਨਿਰਮਲ, ਪਵਿੱਤਰ ਦੀ ਪਵਿੱਤਰ ਧਰਤੀ ਤੇ ਡਿੱਗੀ, ਤੇ ਮਨੁੱਖ ਨੇ ਉਸ ਸ਼ੁੱਧ ਤੇ ਸਾਫ ਨਿਰਮਲ ਆਕਾਸ਼ੀ ਬੂੰਦ ਨੂੰ ਅਪਵਿੱਤਰ ਕਰ ਦਿੱਤਾ। ਇਸੇ ਹੀ ਤਰ੍ਹਾਂ ਪਤੀ ਤੇ ਪਤਨੀ ਦਾ ਇੱਕ ਰਿਸ਼ਤਾ ਹੈ ਜੋ ਬਹੁਤ ਪਵਿੱਤਰ ਹੈ। ਗੁਰਮਤ ਨੇ ਇਸ ਰਿਸ਼ਤੇ ਨੂੰ ਪਵਿੱਤਰਤਾ ਦੀ ਬਖਸ਼ਿਸ਼ ਕੀਤੀ ਹੈ। ਸਾਡੇ ਦੇਸ਼ ਵਿੱਚ ਐਸੇ ਧਰਮ ਵੀ ਸਨ, ਐਸੇ ਮਤ ਵੀ ਸਨ, ਐਸੇ ਲੋਕ ਵੀ ਸਨ ਜਿਹੜੇ ਇਸ ਰਿਸ਼ਤੇ ਨੂੰ ਅਪਵਿੱਤਰ ਕਹਿੰਦੇ ਸਨ, ਜਿਨ੍ਹਾਂ ਦਾ ਇਹ ਖਿਆਲ ਸੀ ਇਸ ਰਿਸ਼ਤੇ ਵਿੱਚ ਆ ਕੇ ਵੱਡੇ ਵੱਡੇ ਲੋਕ ਅਪਵਿੱਤਰ ਹੋ ਜਾਂਦੇ ਨੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਇਆ, ਦੁਨੀਆਂ ਦੇ ਲੋਕਾਂ ਨੂੰ ਸਮਝਾਇਆ, ਨਹੀਂ ਇਹ ਤੇ ਮਨੁੱਖ ਦੇ ਰੁੜਦੇ ਹੋਏ ਜੀਵਨ ਨੂੰ, ਗਰਕ ਹੋ ਰਹੀ ਜ਼ਿੰਦਗੀ ਨੂੰ ਇੱਕ ਬੰਧ ਦੇ ਰੂਪ ਵਿੱਚ ਹਮੇਸ਼ਾ ਕਾਇਮ ਅਤੇ ਪਵਿੱਤਰ ਰੱਖਣ ਵਾਲਾ ਰਿਸ਼ਤਾ ਹੈ। ਭੰਡ ਹੋਵੇ ਬੰਧਾਨ, ਵਾਰਾਸਾ ਮਹੱਲਾ ਪਹਿਲਾ। ਇਹ ਤੇ ਮਨੁੱਖੀ ਮਨ ਦੀ, ਮਨੁੱਖੀ ਤਨ ਦੀ, ਮਨੁੱਖੀ ਸੰਸਕਾਰਾਂ ਦੀ ਜੋ ਅਪਵਿੱਤਰਤਾ ਸੁਭਾਵਕ ਤੌਰ ਤੇ ਹੋ ਸਕਦੀ ਹੈ। ਇਹ ਪਤੀ ਤੇ ਪਤਨੀ ਦਾ ਰਿਸ਼ਤਾ ਤਨ ਤੇ ਮਨ ਸੰਸਕਾਰਾਂ ਦੇ ਵਿਚਾਰਾਂ ਨੂੰ, ਪਵਿੱਤਰਤਾ ਨੂੰ ਪਵਿੱਤਰ ਕਰਨ ਵਾਲਾ ਹੈ ਔਰ ਪਵਿੱਤਰ ਰੱਖਣ ਵਾਲਾ ਹੈ। ਪਰ ਮਨੁੱਖ ਨੇ ਇਸ ਪਵਿੱਤਰ ਰਿਸ਼ਤੇ ਅੰਦਰ ਵੀ ਅਪਵਿੱਤਰਤਾ ਦਾ ਵਾਤਾਵਰਣ ਪੈਦਾ ਕਰ ਦਿੱਤਾ। ਸੰਤ ਕਵੀ ਭਾਈ ਵੀਰ ਸਿੰਘ ਜੀ ਨੇ ਆਪਣੀ ਪਹਿਲੀ ਕਿਤਾਬ, ਜੋ ਉਹਨਾਂ ਨੇ ਸਭ ਤੋਂ ਪਹਿਲੀ ਕਿਤਾਬ ਲਿਖੀ ਹੈ, ਨਾਮ ਦਿੱਤਾ ਹੈ ਉਹਨਾਂ ਨੇ ਸਤਵੰਤ ਕੌਰ। ਜਿਸ ਵੇਲੇ ਸਿੱਖ ਜੰਗਲਾਂ ਪਹਾੜਾਂ ਬੀਆਬਾਨਾਂ ਵਿੱਚ ਰਹਿੰਦੇ ਸਨ, ਬੜੀ ਕਠਿਨਾਈ ਦੇ ਦੌਰ ਵਿੱਚੋਂ ਗੁਜ਼ਰ ਰਹੇ ਸਨ, ਉਸ ਮੌਕੇ ਤੇ ਇੱਕ ਸਿੱਖ ਬੱਚੀ ਦੀ ਕਰਨੀ ਤੇ ਕਮਾਈ ਉਹਨਾਂ ਨੇ ਅੰਕਿਤ ਕੀਤੀ ਹੈ, ਲਿਖ ਕੇ
ਸੰਸਾਰ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਸਾਨੂੰ ਸਾਡੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਹੈ ਕਿ ਭਾਵੇਂ ਕਿਤਨੀਆਂ ਵੀ ਕਠਿਨਾਈਆਂ ਕਿਉਂ ਨਾ ਹੋਣ, ਭਾਵੇਂ ਕਿਤਨੀਆਂ ਵੀ ਮੁਸ਼ਕਲਾਤਾਂ ਕਿਉਂ ਨਾ ਹੋਣ, ਗੁਰੂ ਦੇ ਬੱਚੇ ਤੇ ਬੱਚੀਆਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਨੇ, ਚੜ੍ਹਦੀ ਕਲਾ ਦੇ ਵਾਤਾਵਰਨ ਵਿਚ ਗੁਜ਼ਰਦੇ ਨੇ। ਬੇਨਤੀ ਕੀਤੀ ਜਾ ਰਹੀ ਸੀ, ਅੱਜ ਕਵੈਂਟਰੀ ਦਿੱਲੀ ਤੋਂ ਪੜ੍ਹਨ ਵਾਸਤੇ ਇੱਕ ਆਈ ਹੋਈ ਬੱਚੀ ਨੂੰ ਮਿਲ ਕੇ ਆਇਆ ਹਾਂ, ਜਿਸ ਦੇ ਮਾਤਾ ਤੇ ਪਿਤਾ ਨੇ ਮੇਰੀ ਉਰਦੂ ਦੀ, ਫਾਰਸੀ ਦੀ, ਅਰਬੀ ਦੀ ਤਾਲੀਮ ਦੀ ਫੀਸ ਅਦਾ ਕੀਤੀ ਤੇ ਉਹ ਇੱਕ ਬੋਝ ਭਾਰ ਉਤਾਰਨ ਦੇ ਨਜ਼ਰੀਏ ਨਾਲ ਉਸ ਬੱਚੀ ਨੂੰ ਮਿਲਣ ਵਾਸਤੇ ਗਿਆ ਸਾਂ। ਮਨ ਵਿਚ ਕਈ ਖਿਆਲ ਸਨ, ਕਈ ਵਿਚਾਰ ਸਨ ਜੋ ਸੁਭਾਵਿਕ ਹੀ ਪੈਦਾ ਹੁੰਦੇ ਨੇ ਜਦੋਂ ਸਾਡੇ ਬੱਚੇ ਜਾਂ ਬੱਚੀਆਂ ਇਹਨਾਂ ਮੁਲਕਾਂ ਵਿਚ ਪੜ੍ਹਨ ਵਾਸਤੇ ਆਉਂਦੇ ਨੇ। ਫਿਰ ਉਹ ਰੰਗ ਵੀ ਬਦਲਦੇ ਨੇ, ਰੂਪ ਵੀ ਬਦਲਦੇ ਨੇ, ਉਹਨਾਂ ਦੇ ਵਿਚਾਰ ਵੀ ਬਦਲਦੇ ਨੇ, ਹਾਲਾਤ ਬਦਲ ਜਾਂਦੇ ਨੇ। ਪਰ ਬੱਚੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਦਿੱਲੀ ਦੇ ਵਾਤਾਵਰਨ ਨਾਲੋਂ ਵੀ ਉਹਦੀ ਜ਼ਿੰਦਗੀ ਵਿਚ ਧਰਮ ਦੀ ਭਾਵਨਾ ਜ਼ਿਆਦਾ ਆ ਗਈ ਹੈ। ਪਿਆਰ ਲਖੋ ਸ੍ਰੀ ਵਾਹ, ਧਰਮ ਦੀ ਭਾਵਨਾ, ਗੁਰੂ ਦਾ ਭਰੋਸਾ, ਗੁਰੂ ਦੇ ਸਿਦਕ ਦੀ ਭਾਵਨਾ ਪਹਿਲੇ ਨਾਲੋਂ ਵੀ ਜ਼ਿਆਦਾ ਨਜ਼ਰ ਆਈ ਤੇ ਮਹਿਸੂਸ ਕੀਤਾ ਕਿ ਆਉਣਾ ਸਫਲ ਹੋਇਆ ਕਿ ਜਿਸ ਥਾਂ ਤੇ ਮੁਲਕਾਂ ਦੇ ਵੱਖਰੇ ਵੱਖਰੇ ਖਿਆਲਾਂ ਦੇ ਬੱਚੇ ਔਰ ਬੱਚੀਆਂ ਰਹਿੰਦੇ ਨੇ, ਪਰ ਅਜੇ ਐਸੇ ਬੱਚੇ ਮੌਜੂਦ ਨੇ ਜਿਨ੍ਹਾਂ ਤੇ ਇਹਨਾਂ ਸੰਸਕਾਰਾਂ ਦਾ ਅਜੇ ਪ੍ਰਭਾਵ ਨਹੀਂ, ਔਰ ਉਹ ਗੁਰੂ ਦੇ ਭਰੋਸੇ ਤੇ ਗੁਰੂ ਦੇ ਹੋਰ ਨੇੜੇ ਹੋਈ ਜਾ ਰਹੀ ਹੈ। ਪਿਆਰ ਲਖੋ ਸ੍ਰੀ ਵਾਹ, ਬੇਨਤੀ ਕਰ ਰਿਹਾ ਸਾਂ, ਅਰਜ਼ ਕੀਤੀ ਜਾ ਰਹੀ ਸੀ, ਇਹ ਰਿਸ਼ਤੇ ਬਹੁਤ ਪਵਿੱਤਰ ਸਨ, ਬਲਕਿ ਇੱਕ ਦੂਸਰੇ ਦੀ ਜ਼ਿੰਦਗੀ, ਮਨ ਦੇ ਸੰਸਕਾਰਾਂ ਨੂੰ ਪਵਿੱਤਰ ਕਰਨ ਵਾਲੇ ਰਿਸ਼ਤੇ ਤੇ ਸੰਬੰਧ ਨੇ। ਪਰ ਮਨੁੱਖ ਨੇ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਇਸ ਰਿਸ਼ਤੇ ਵਿਚ ਵੀ ਅਜਿਹੀ ਮਿਲਾਵਟ ਕੀਤੀ ਕਿ ਇਹ ਰਿਸ਼ਤਾ ਵੀ ਅਪਵਿੱਤਰ ਹੋ ਗਿਆ। ਇਸ ਰਿਸ਼ਤੇ ਵਿਚ ਵੀ ਨਿਰਮਲਤਾ ਤੇ ਪਵਿੱਤਰਤਾ ਨਹੀਂ ਰਹੀ। ਹਜ਼ੂਰ ਵਰਣਨ ਕਰ ਰਹੇ ਨੇ ਅੱਜ ਦੇ ਵਿਚਾਰ ਦੇ ਆਰੰਭ ਵਿਚ ਜੀ। ਹਿਤ ਸੰਗ ਕੁਨਾਰਨ ਅੱਖ ਦੇ ਵਿਚਾਰਨ, ਕਹਿੰਦੇ ਨੇ ਉਹ ਮਨੁੱਖ ਜਿਹੜਾ ਆਪਣੀ ਪਤਨੀ ਦੀ ਲੱਜ ਦਾ ਵੀ ਰਾਖਾ ਏ ਤੇ ਪਤ ਦਾ ਵੀ ਰਾਖਾ ਏ। ਥੋੜਾ ਜਿਹਾ ਸਮਝ ਲਈਏ, ਹੁਣ ਤੇ ਜਿਸ ਮੌਕੇ ਤੇ ਬੱਚੇ ਦਾ ਆਨੰਦ ਕਾਰਜ ਹੋਣਾ ਹੁੰਦਾ ਹੈ, ਉਹਨੂੰ ਰਸਮੀ ਤੌਰ ਤੇ ਉਹਦੇ ਹੱਥ ਵਿਚ ਕਿਰਪਾਨ ਥਮਾ ਦਿੱਤੀ ਜਾਂਦੀ ਏ, ਕਿਰਪਾਨ ਪਕੜਾ ਦਿੱਤੀ ਜਾਂਦੀ ਏ। ਅਸੀਂ ਤੇ ਕਿਰਪਾਨ ਕਿਵੇਂ ਪਕੜਨੀ ਏ, ਕਿਰਪਾਨ ਨੂੰ ਕਿਵੇਂ ਸੰਭਾਲਣਾ ਏ, ਕਿਰਪਾਨ ਦਾ ਕਿਵੇਂ ਸਤਿਕਾਰ ਕਰਨਾ ਹੈ, ਇਹ ਭੁੱਲ ਗਏ। ਸਾਨੂੰ ਇਹ ਵੀ ਤਰੀਕਾ ਨਹੀਂ ਰਿਹਾ ਕਿ ਕਿਰਪਾਨ ਪਕੜਨੀ ਕਿਵੇਂ ਹੈ, ਕਿਰਪਾਨ ਦੀ ਵਰਤੋਂ ਕਦੋਂ ਕਰਨੀ ਏ ਤੇ ਕਿਸ ਤਰ੍ਹਾਂ ਕਰਨੀ ਏ। ਫਿਰ ਵੀ ਰਸਮੀ ਤੌਰ ਤੇ ਬੱਚੇ ਦੇ ਵਿਆਹ ਦੇ ਮੌਕੇ ਤੇ ਉਹਦੇ ਹੱਥ ਵਿਚ ਕਿਰਪਾਨ ਪਕੜਾ ਦਿੱਤੀ ਜਾਂਦੀ ਏ, ਤੇ ਕਈ ਵਾਰੀ ਉਹ ਕਿਰਪਾਨ ਦਾ ਜਿਹੜਾ ਮੁੱਠਾ ਹੁੰਦਾ ਉਹ ਪਿਛਲੇ ਪਾਸੇ ਕਰ ਲੈਂਦਾ ਵੀ ਭਾਵੇਂ ਕੋਈ ਪਿੱਛੋਂ ਹੀ ਖਿੱਚ ਲਵੇ, ਤੇ ਕਦੇ ਕਦੇ ਜਿਨ੍ਹਾਂ ਘਰਾਣਿਆਂ ਵਿਚ ਪਰੰਪਰਾ ਹੈ ਗੁਰਮਤਿ ਦੀ ਵਿਚਾਰ ਤੇ ਸੂਝ ਬੂਝ ਹੁੰਦੀ ਏ, ਉਹ ਪੁੱਤਰ ਨੂੰ ਕਿਰਪਾਨ ਚਲਾਉਣੀ ਵੀ ਸਿਖਾਉਂਦੇ ਨੇ, ਕਿਰਪਾਨ ਸੰਭਾਲਣੀ ਵੀ ਤੇ ਕਿਰਪਾਨ ਸਤਿਕਾਰਨੀ ਵੀ ਦਰਸਾਉਂਦੇ ਨੇ। ਪਰ ਆਖਿਰ ਕਿਉਂ ਵਿਆਹ ਦੇ ਮੌਕੇ ਤੇ ਹੀ ਕਿਸੇ ਬੱਚੇ ਨੂੰ ਕਿਰਪਾਨ ਕਿਉਂ ਪਕੜਾਈ ਜਾਂਦੀ ਏ, ਵਿਆਹ ਦੇ ਮੌਕੇ ਤੇ ਕਿਰਪਾਨ ਪਕੜਨੀ ਕਿਉਂ ਜ਼ਰੂਰੀ ਏ? ਥੋੜਾ ਜਿਹਾ ਇਸ ਨੂੰ ਸਮਝਣਾ ਵੀ ਚਾਹੀਦਾ। ਉਹਦਾ ਮਤਲਬ ਹੈ ਕਿ ਅੱਜ ਤੋਂ ਤੇਰੀ ਬੜੀ ਵੱਡੀ ਜ਼ਿੰਮੇਦਾਰੀ ਏ, ਜਿਸ ਇਸਤਰੀ ਨੂੰ, ਜਿਸ ਬੱਚੀ ਨੂੰ ਤੇਰੇ ਲੜ ਲਾਇਆ ਜਾ ਰਿਹਾ,
ਅੱਜ ਤੋਂ ਉਹਦੀ ਇੱਜ਼ਤ ਆ, ਉਹਦੀ ਪੱਤ ਤਾਂ ਪੱਤ ਦਾ ਤੂੰ ਰੱਖ ਹੈ। ਤੇ ਜਦੋਂ ਉਸ ਦੀ ਲੱਜ ਤੇ ਪੱਤ ਨੂੰ ਕੋਈ ਖਤਰਾ ਹੋਵੇ, ਉਦੋਂ ਇਹ ਨੀਂਗਰ ਚੰਦਾ ਉਸ ਮੌਕੇ ਤੇ ਤੂੰ ਇਸ ਕਿਰਪਾਨ ਦੀ ਵਰਤੋਂ ਕਰਕੇ ਆਪਣੀ ਪਤਨੀ ਦੀ ਲੱਜ ਵੀ ਰੱਖਣ ਦਾ ਜ਼ਿੰਮੇਦਾਰ ਹੈ ਤੇ ਪੱਤ ਵੀ ਰੱਖਣ ਦਾ ਜ਼ਿੰਮੇਦਾਰ ਹੈ। ਜਿਹੜਾ ਪਤੀ ਆਪਣੀ ਇਸਤਰੀ ਦੀ ਲੱਜ ਪੱਤ ਨਹੀਂ ਰੱਖ ਸਕਦਾ, ਉਹ ਬਾਕੀ ਦੁਨੀਆਂ ਭਰ ਦੀਆਂ ਇਸਤਰੀਆਂ ਦੀ ਲੱਜ ਤੇ ਪੱਤ ਰੱਖਣ ਲਈ ਕਿਵੇਂ ਕਿਰਪਾਨ ਉਠਾਵੇਗਾ। ਜਿਹੜਾ ਭਰਾ ਆਪਣੀ ਭੈਣ ਦੀ ਇੱਜ਼ਤ ਤੇ ਪੱਤ ਦੀ ਰਖਵਾਲੀ ਨਹੀਂ ਕਰ ਸਕਦਾ, ਉਹ ਦੂਸਰੀਆਂ ਭੈਣਾਂ ਦੀ ਇੱਜ਼ਤ ਪੱਤ ਦਾ ਕਿਵੇਂ ਰਾਖਾ ਬਣ ਸਕੇਗਾ। ਜਿਹੜੇ ਬੱਚੇ, ਜਿਹੜੇ ਪੁੱਤਰ, ਜਿਹੜੇ ਬੇਟੇ ਆਪਣੀ ਮਾਂ ਦੀ ਇੱਜ਼ਤ ਪੱਤ ਨਹੀਂ ਰੱਖ ਸਕਦੇ, ਉਹ ਦੁਨੀਆਂ ਭਰ ਦੀਆਂ ਮਾਤਾਵਾਂ ਦੀ ਇੱਜ਼ਤ ਪੱਤ ਕਿਸ ਤਰੀਕੇ ਨਾਲ ਰੱਖ ਸਕਣਗੇ? ਨਹੀਂ ਰੱਖ ਸਕਣਗੇ। ਇਹੋ ਮਨੁੱਖ ਆਪਣੀ ਪਤਨੀ ਦਾ, ਪਤੀ ਆਪਣੀ ਇਸਤਰੀ ਦੀ ਲੱਜ ਤੇ ਪੱਤ ਦਾ ਪਹਿਰੇਦਾਰ ਹੈ, ਰੱਖਕ ਹੈ। ਉਹਦੀ ਜ਼ਿੰਮੇਦਾਰੀ ਹੈ ਕਿ ਉਹਨੇ ਆਪਣੀ ਪਤਨੀ ਦੀ ਨਹੀਂ ਬਲਕਿ ਪਤਨੀ ਦੀ ਲੱਜ ਤੇ ਪੱਤ ਉਹਦੀ ਆਪਣੀ ਹੀ ਇੱਜ਼ਤ ਤੇ ਪੱਤ ਹੈ। ਇੱਕ ਨੂੰਹ ਦੀ ਲੱਜ ਤੇ ਪੱਤ, ਇੱਕ ਪਤਨੀ ਦੀ ਇੱਜ਼ਤ ਸਿਰਫ ਇੱਕ ਪਤੀ ਦੀ ਹੀ ਨਹੀਂ, ਇੱਕ ਘਰਾਣੇ ਦੀ ਲੱਜ ਪੱਤ ਹੈ, ਇੱਕ ਖਾਨਦਾਨ ਦੀ ਲੱਜ ਪੱਤ ਹੈ, ਇੱਕ ਖਾਨਦਾਨ ਦੀ ਹੀ ਨਹੀਂ ਸਮੁੱਚੇ ਕੌਮ ਦੀ ਲੱਜ ਤੇ ਪੱਤ ਹੈ। ਇਸ ਵਾਸਤੇ ਗੁਰੂ ਜੀ ਨੇ ਅਹਿਸਾਸ ਕਰਵਾਇਆ, ਮਹਿਸੂਸ ਕਰਵਾਇਆ ਕਿ ਇਸ ਰਿਸ਼ਤੇ ਵਿੱਚ ਪਵਿੱਤਰਤਾ ਰਹੇ। ਮਨੁੱਖ ਆਪਣੀ ਪਤਨੀ ਦੀ ਲੱਜ ਤੇ ਪੱਤ ਇੱਜ਼ਤ ਆਪਣੀ ਇੱਜ਼ਤ ਸਮਝੇ, ਖਾਨਦਾਨ ਦੀ ਇੱਜ਼ਤ ਸਮਝੇ। ਇਸ ਵਾਸਤੇ ਹਜ਼ੂਰ ਨੇ ਅਜਿਹੇ ਮੌਕੇ ਤੇ ਫਿਰ ਵੀ ਸ਼ਸਤਰਾਂ ਦੀ ਪ੍ਰੇਰਨਾ ਦਿੱਤੀ ਔਰ ਸਿੱਖ ਨੂੰ ਸਿਰਫ ਇੱਕ ਖਾਨਦਾਨ, ਇੱਕ ਘਰਾਣੇ ਜਾਂ ਇੱਕ ਆਪਣੇ ਪਰਿਵਾਰ ਦੀਆਂ ਬਹੂ ਤੇ ਬੇਟੀਆਂ ਦੀ ਇੱਜ਼ਤ ਪੱਤ ਦਾ ਰਾਖਾ ਹੀ ਨਹੀਂ ਬਲਕਿ ਸੰਸਾਰੇ ਸੰਸਾਰ ਦੀਆਂ ਇਸਤਰੀਆਂ ਦੀ ਲੱਜ ਤੇ ਪੱਤ ਦਾ ਰਾਖਾ ਬਣਾ ਕੇ ਕਾਇਮ ਕੀਤਾ। ਫਿਰ ਵੀ ਮਨੁੱਖ ਵਿੱਚ ਕਿਤਨੀ ਗਿਰਾਵਟ ਆ ਗਈ ਹੈ। ਹਜ਼ੂਰ ਵਰਣਨ ਕਰ ਰਹੇ ਨੇ ਕਿ ਉਹ ਪਤੀ ਜਿਸਨੇ ਆਪਣੀ ਪਤਨੀ ਦੀ ਪੱਤ ਰੱਖਣੀ ਸੀ, ਜਿਸ ਪਤੀ ਨੇ ਆਪਣੀ ਪਤਨੀ ਦੀ ਲੱਜ ਤੇ ਪੱਤ ਦਾ ਰਖਵਾਲਾ ਬਣਨਾ ਸੀ, ਉਹਨੇ ਹੀ ਆਪਣੀ ਪਤਨੀ ਦੀ ਲੱਜ ਵੀ ਤੇ ਉਡਾ ਦਿੱਤੀ ਤੇ ਪੱਤ ਵੀ ਬੇਪੱਤ ਕਰ ਦਿੱਤੀ। ਹਜ਼ੂਰ ਵਰਣਨ ਕਰ ਰਹੇ ਨੇ ਜੀ, ਜਿਨ ਕੇ ਐਸ ਪ੍ਰਕਾਰ ਹਿਤ ਸੰਗ ਕੁਨਾਰਨ। ਪਰ ਕਿਉਂ ਇਹ ਲੱਜ ਤੇ ਪੱਤ ਕਿਉਂ ਚਲੇ ਗਈ? ਪਤੀ ਨੇ ਆਪਣੀ ਜ਼ਿੰਦਗੀ ਦੀ ਪਵਿੱਤਰਤਾ ਨੂੰ ਅਪਵਿੱਤਰ ਕਰ ਦਿੱਤਾ ਤੇ ਉਹ ਪਵਿੱਤਰਤਾ ਦਾ ਰਿਸ਼ਤਾ ਛੱਡ ਕੇ ਜਿਹੜੀਆਂ ਖੋਟੀਆਂ ਇਸਤਰੀਆਂ ਸਨ ਉਹਨਾਂ ਦੇ ਨਾਲ ਉਹ ਹਿੱਤ ਸੁਨੇਹ ਪ੍ਰੇਮ ਤੇ ਪਿਆਰ ਕਰਨ ਲੱਗ ਪਿਆ। ਕੌਣ? ਆਤ ਵਿਭਚਾਰਨ, ਜਿਨ੍ਹਾਂ ਇਸਤਰੀਆਂ ਦਾ ਜੀਵਨ ਵੇਸਵਾ ਵਰਗਾ ਸੀ, ਜੋ ਅਤਿਅੰਤ ਵਿਕਾਰਨ ਸਨ, ਬੁਰਿਆਰ ਸਨ, ਜਿਨ੍ਹਾਂ ਦੀ ਜ਼ਿੰਦਗੀ ਦੇ ਜੀਣ ਦੇ ਢੰਗ ਐਸ਼ ਪ੍ਰਸਤੀ ਦੇ ਸਨ, ਇਸ ਪ੍ਰਕਾਰ ਦੇ ਸਨ ਜਿਸ ਤਰ੍ਹਾਂ ਕੱਲ ਵਰਣਨ ਕੀਤਾ ਹੈ, ਜਿਨ੍ਹਾਂ ਦੇ ਹਰ ਕਰਮ, ਜਿਨ੍ਹਾਂ ਦਾ ਹਰ ਢੰਗ ਐਸ਼ ਪ੍ਰਕਾਰ ਐਸ਼ੋ ਇਸ਼ਰਤ ਦੇ ਪ੍ਰਕਾਰ ਦਾ ਸੀ, ਜੋ ਐਸ਼ੋ ਇਸ਼ਰਤ ਵਿੱਚ ਜ਼ਿੰਦਗੀ ਜੀਂਦੀਆਂ ਸਨ, ਜਿਨ੍ਹਾਂ ਨੂੰ ਆਪਣੇ ਜੱਤ ਦਾ ਤੇ ਆਪਣੇ ਸੱਤ ਦਾ, ਆਪਣੀ ਪੱਤ ਦਾ, ਆਪਣੇ ਖਾਨਦਾਨ ਦੀ ਕੋਈ ਪਰਵਾਹ ਨਹੀਂ ਸੀ ਜੀ। ਤੇ ਕਹਿੰਦੇ ਨੇ ਉਹਨਾਂ ਦੀਆਂ ਘਰ ਵਾਲੀਆਂ ਸੁਪਤਨੀਆਂ ਕੈਸੀਆਂ ਸਨ, ਭਾਵੇਂ ਕਹਿੰਦੇ ਨੇ ਜਦੋਂ ਵੀ ਵੱਡੇ ਵੱਡੇ ਉੱਚੇ ਘਰਾਣਿਆਂ ਤੇ ਖਾਨਦਾਨਾਂ ਵਿੱਚ ਪੈਦਾ ਹੋਈਆਂ ਸਨ, ਤੇ ਜਿਨ੍ਹਾਂ ਦੀ, ਕਿਉਂਕਿ ਮਨੁੱਖ ਦਾ ਮਨ ਜੇ ਡੋਲਦਾ ਹੈ, ਮਨੁੱਖ ਦਾ ਜੀਵਨ ਜੇ ਕਿਤੇ ਡਿੱਗਦਾ ਹੈ ਤਾਂ ਸੁੰਦਰਤਾ ਨੂੰ ਦੇਖ ਕੇ ਡਿੱਗਦਾ ਹੈ, ਪਰ ਇੱਥੇ ਜੋ ਅਪਵਿੱਤਰਤਾ ਆਈ ਉਹਦੇ ਵਿੱਚ ਕੋਈ ਐਸਾ ਵਿਚਾਰ ਤੇ ਐਸਾ ਖਿਆਲ ਨਹੀਂ ਸੀ।
ਉਹਨਾਂ ਦੀਆਂ ਆਪਣੀਆਂ ਸਪਤਨੀਆਂ ਉੱਚੇ ਉੱਚੇ ਘਰਾਣਿਆਂ ਦੀਆਂ ਸਨ ਤੇ ਨਾਲ ਨਾਲ ਫਿਰ ਕਹਿੰਦੇ ਨੇ ਕਿ ਬਹੁਤ ਸ਼ਬ ਬਿਗਸੀ ਜਿਸ ਪ੍ਰਕਾਰ ਸੁੰਦਰ ਫੁੱਲ ਖਿਲੇ ਹੋਏ ਹੁੰਦੇ ਨੇ ਉਹਨਾਂ ਦੇ ਸਰੀਰ ਦੀ ਉਹਨਾਂ ਦੇ ਚਿਹਰੇ ਦੀ ਸੁੰਦਰਤਾ ਵੀ ਅਤਿਅੰਤ ਖਿਲੀ ਹੋਈ ਸੀ ਪ੍ਰਸੰਨ ਸਨ ਹਮੇਸ਼ਾ ਪ੍ਰਸੰਨਤਾ ਦੇ ਵਿੱਚ ਰਹਿਣਾ ਇਸਤਰੀ ਦੇ 32 ਗੁਣਾਂ ਦੇ ਵਿੱਚੋਂ ਇੱਕ ਗੁਣ ਇਹ ਵੀ ਹੈ ਕਿ ਜਿਸ ਵੇਲੇ ਪਤੀ ਆਵੇ ਘਰ ਉਦੋਂ ਮੱਥੇ ਤੇ ਤਿਊੜੀ ਨਾ ਪਾ ਲਵੇ ਤੇ ਆਪਣੇ ਅੰਦਰ ਅੰਦਰ ਹੀ ਅੰਦਰ ਹੌਲੀ ਹੌਲੀ ਬੁੜ ਬੁੜਾਉਣ ਨਾ ਲੱਗ ਪਵੇ ਬਲਕਿ ਉਹਦਾ 32 ਗੁਣਾਂ ਵਿੱਚੋਂ ਇੱਕ ਗੁਣ ਇਹ ਵੀ ਹੋਵੇ ਕਿ ਜਿਸ ਮੌਕੇ ਤੇ ਪਤੀ ਬਾਹਰੋਂ ਆਵੇ ਉਸ ਮੌਕੇ ਤੇ ਉਹ ਪ੍ਰਸੰਨ ਚਿਤ ਹੋਵੇ ਭਾਵੇਂ ਘਰ ਵਿੱਚ ਉਹਦੇ ਸਾਹਮਣੇ ਕਿਤਨੀਆਂ ਵੀ ਕਠਿਨਾਈਆਂ ਹੋਣ ਉਹ ਕੰਮ ਕਾਜ ਵਿੱਚੋਂ ਥੱਕੇ ਮੰਨਦੇ ਪਤੀ ਨੂੰ ਇਸ ਤਰੀਕੇ ਨਾਲ ਪੇਸ਼ ਨਾ ਆਵੇ ਕਿ ਇੱਕ ਤਾਂ ਉਹ ਕੰਮ ਕਰਕੇ ਜਾਂ ਵਪਾਰਕ ਜੀਵਨ ਵਿੱਚ ਕੁਝ ਸੋਚ ਵਿੱਚ ਹੋਵੇ ਤੇ ਦੂਸਰਾ ਉਸ ਨੂੰ ਆਉਂਦਿਆਂ ਹੀ ਦੇਖ ਕੇ ਇੰਜ ਹੋ ਜਾਵੇ ਜਿਵੇਂ ਪਾਣੀ ਪੈ ਗਿਆ ਹੋਵੇ ਜਾਂ ਸਾੜ ਪੁੱਜ ਜਾਵੇ ਐਸਾ ਨਹੀਂ ਬਲਕਿ ਉਹਦੇ ਚਿੱਤ ਤੇ ਉਹਦੇ ਚਿਹਰੇ ਤੇ ਪ੍ਰਸੰਨਤਾ ਹੋਵੇ ਹਜ਼ੂਰ ਵਰਣਨ ਕਰੇ ਨੇ ਭਾਵੇਂ ਉਹਨਾਂ ਦੀਆਂ ਇਸਤਰੀਆਂ ਚੰਗੇ ਘਰਾਣਿਆਂ ਵਿੱਚ ਪੈਦਾ ਹੋਈਆਂ ਸਨ ਸਰੀਰਕ ਤੌਰ ਤੇ ਵੀ ਉਹ ਸੁੰਦਰ ਸਨ ਔਰ ਸਦਾ ਹੀ ਪ੍ਰਸੰਨਤਾ ਵਿੱਚ ਰਹਿੰਦੀਆਂ ਸਨ ਤੇ ਕਹਿੰਦੇ ਨੇ ਉਸ ਲੱਜ ਤੇ ਪਤ ਦੇ ਰਾਖੇ ਪਤੀ ਨੇ ਕੀ ਕੀਤਾ ਤਦਿਪ ਤਾਂ ਵੀ ਕਹਿੰਦੇ ਨੇ ਉਹਨਾਂ ਦੇ ਪਤੀ ਜਿਹੜੇ ਸਨ ਉਹ ਬੁਰਿਆਰ ਹੋ ਗਏ ਵਿਕਾਰੀ ਹੋ ਗਏ ਉਹ ਵੇਸਵਾਂ ਦੇ ਘਰਾਣਿਆਂ ਤੇ ਉਹਨਾਂ ਦੇ ਚਵਾਰਿਆਂ ਤੇ ਜਾਣ ਲੱਗ ਗਏ ਜੀ ਚਿਤਰਤ ਬਹੁ ਚਿਤਰਨ ਕੁਸਮ ਬਚਿਤਰਨ ਸੁੰਦਰ ਬਚਿਤਰਨ ਸੁੰਦਰ ਚਿਤਰਤ ਬਹੁ ਚਿਤਰਨ ਕੁਸਮ ਬਚਿਤਰਨ ਕਹਿੰਦੇ ਨੇ ਉਹਨਾਂ ਦੀਆਂ ਆਪਣੀਆਂ ਜੋ ਸੁਪਤਨੀਆਂ ਸਨ ਕੁਝ ਇਸ ਪ੍ਰਕਾਰ ਦੀਆਂ ਸਨ ਕਿ ਜਿਸ ਪ੍ਰਕਾਰ ਬਹੁਤੀ ਸੁੰਦਰ ਚਿੱਤਰਕਾਰੀ ਕਰਕੇ ਕਿਸੇ ਚਿੱਤਰਕਾਰ ਨੇ ਕੋਈ ਚਿੱਤਰ ਤਸਵੀਰ ਬਣਾ ਦਿੱਤੀ ਹੋਵੇ ਕਿਉਂਕਿ ਤਸਵੀਰ ਵਿੱਚ ਰੰਗ ਆਰਟਿਸਟ ਜਦੋਂ ਭਰਦਾ ਹੈ ਔਰ ਉਹਦੀ ਸੁੰਦਰਤਾ ਆਪਣੀ ਮਿਸਾਲ ਆਪ ਹੀ ਹੁੰਦੀ ਹੈ ਪਰ ਸਭ ਤੋਂ ਵੱਡਾ ਜੋ ਚਿੱਤਰਕਾਰ ਅਕਾਲ ਪੁਰਖ ਵਾਹਿਗੁਰੂ ਹੈ ਉਹਨਾਂ ਦੀਆਂ ਸੁਪਤਨੀਆਂ ਦੀ ਨਾਨਾ ਪ੍ਰਕਾਰ ਦੀ ਚਿੱਤਰਕਾਰੀ ਕਰਕੇ ਉਹਨਾਂ ਨੂੰ ਇਤਨੇ ਖੂਬਸੂਰਤ ਬਣਾ ਦਿੱਤਾ ਐਸੀ ਇਸਤਰੀ ਬਣਾ ਦਿੱਤੀ ਜਿਵੇਂ ਕੋਈ ਤਸਵੀਰ ਬਣਾ ਦਿੱਤੀ ਹੋਵੇ ਸੁੰਦਰ ਰੂਪ ਅਪਾਰ ਤੇ ਇਹਦੇ ਨਾਲ ਨਾਲ ਕਹਿੰਦੇ ਨੇ ਬਚਿੱਤਰਨ ਕੁਸਮ ਬਚਿੱਤਰਨ ਜਿਸ ਪ੍ਰਕਾਰ ਪੰਤ ਮਹਾਨ ਕੋਸ਼ ਦੇ ਕਰਤਾ ਜੀ ਨੇ ਇਹਦਾ ਭਾਵ ਅਰਥ ਇਸ ਤਰ੍ਹਾਂ ਵਰਣਨ ਕੀਤਾ ਜਿਵੇਂ ਕੁਸਮ ਫੁੱਲ ਬਚਿੱਤਰਨ ਸਫੇਦ ਰੰਗ ਦਾ ਬਹੁਤ ਹੀ ਸੁੰਦਰ ਜਿਵੇਂ ਫੁੱਲ ਹੁੰਦਾ ਹੈ ਇਸ ਪ੍ਰਕਾਰ ਉਹਨਾਂ ਦੇ ਸਰੀਰ ਉਹਨਾਂ ਦਾ ਚਿਹਰਾ ਪ੍ਰਸੰਨ ਸਾਫ਼ ਸੁੰਦਰ ਸਫੇਦ ਰੰਗ ਦੇ ਨਾਨਾ ਪ੍ਰਕਾਰ ਦੇ ਫੁੱਲਾਂ ਵਾਂਗ ਖਿੜਿਆ ਹੋਇਆ ਸੁੰਦਰ ਸੀ ਸੁੰਦਰ ਰੂਪ ਅਪਾਰ ਉਹਨਾਂ ਦਾ ਦੇ ਰੂਪ ਦੀ ਅਪਾਰ ਬੇਅੰਤੀ ਸੁੰਦਰਤਾ ਸੀ ਪਰ ਐਸੀਆਂ ਇਸਤਰੀਆਂ ਜੋ ਇਖਲਾਕ ਵਿੱਚ ਗੁਣਾਂ ਵਿੱਚ ਔਰ ਸਰੀਰਕ ਤੌਰ ਤੇ ਵੀ ਹਰ ਪੱਖੋਂ ਪ੍ਰਭੂ ਨੇ ਸੰਪੂਰਨ ਕਰ ਦਿੱਤੀਆਂ ਸਨ ਉਹਨਾਂ ਦੇ ਪਤੀ ਉਹਨਾਂ ਨੂੰ ਛੱਡ ਕੇ ਥਾਂ ਥਾਂ ਤੇ ਭਰਮਣ ਤੇ ਭਟਕਣ ਲੱਗ ਜਾਣਗੇ ਹਜ਼ੂਰ ਵਰਣਨ ਕਰਦੇ ਨੇ ਕਿਦੋ ਦੇਵ ਲੋਕ ਤਾਜ ਸੁੰਦਰ ਕਹਿੰਦੇ ਨੇ ਕਿਦੋ ਅਥਵਾ ਜਾਂ ਇੰਜੀ ਸਮਝ ਲਈਏ ਦੇਵਤਿਆਂ ਤੇ ਲੋਕ ਸਵਰਗ ਦੀਆਂ ਜਿਹੜੀਆਂ ਇਸਤਰੀਆਂ ਸਨ ਉਹਨਾਂ ਦੀ ਸੁੰਦਰਤਾ ਸੋਟਾਰ ਢਾਲ ਦੇਣਾ ਕੀਤੀ ਸੁੰਦਰਤਾ ਹੀ ਢਾਲ ਦਿੱਤੀ ਇਹਨਾਂ ਉਹਨਾਂ ਨੂੰ ਖੂਬਸੂਰਤ ਬਣਾ ਦਿੱਤਾ ਉਸ ਖੂਬਸੂਰਤ ਦੇ ਨਾਲ ਉਹ ਬਹੁਤ ਹੀ ਸੁੰਦਰ ਸਨ ਉਪਜੀ
ਵਿਵਧ ਪ੍ਰਕਾਰ ਨਾ ਨਾ ਵਿਵਧ ਦਾ ਅਰਥ ਹੁੰਦਾ ਹੈ ਨਾ ਨਾ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਪਹਿਲੂਆਂ ਤੋਂ ਉਹਨਾਂ ਦੀਆਂ ਸੁਪਤਨੀਆਂ ਦੀ ਜੋ ਸੁੰਦਰਤਾ ਸੀ ਉਹ ਉਤਪੰਨ ਹੋਈ। ਪ੍ਰਭੂ ਨੇ ਉਹਨਾਂ ਨੂੰ ਸਵਰਗਾਂ ਤੋਂ ਲਿਆ ਕੇ ਮਾਤ ਲੋਕ ਵਿੱਚ ਮਾਨੋ ਉਤਪੰਨ ਕਰ ਦਿੱਤਾ ਹੈ। ਪਰ ਕਹਿੰਦੇ ਨੇ ਫਿਰ ਜਿੱਥੇ ਪਤੀਆਂ ਨੇ ਐਸੀਆਂ ਸੁੰਦਰ ਇਸਤਰੀਆਂ ਦੀ ਲੱਜਪਤ ਗਵਾ ਦਿੱਤੀ ਉੱਥੇ ਉੱਚੇ ਉੱਚੇ ਘਰਾਣੇ ਦੀਆਂ ਇਸਤਰੀਆਂ ਨੇ ਉੱਚੇ ਉੱਚੇ ਖਾਨਦਾਨਾਂ ਦੀਆਂ ਬੱਚੀਆਂ ਨੇ ਆਪਣੇ ਨੇਕ ਤੇ ਧਰਮੀ ਪਤੀਆਂ ਨੂੰ ਕਿਸ ਤਰੀਕੇ ਨਾਲ ਮਿੱਟੀ ਵਿੱਚ ਮਿਲਾ ਦਿੱਤਾ। ਦੂਸਰਾ ਪਹਿਲੂ ਹੁਣ ਇਸ ਪਾਸੇ ਵਰਣਨ ਕਰ ਰਹੇ ਨੇ। ਫਿਰ ਪੜ੍ਹਨਾ ਆਹੀ ਪੰਕਤੀ। ਕਹਿੰਦੇ ਨੇ ਉਹ ਇਸਤਰੀਆਂ ਜਿਹੜੀਆਂ ਚੰਗੇ ਘਰਾਣੇ ਤੇ ਖਾਨਦਾਨਾਂ ਦੀਆਂ ਸਨ ਉਹਨਾਂ ਦਾ ਮਾੜੇ ਪੁਰਸ਼ਾਂ ਦੇ ਨਾਲ ਅਤਿਅੰਤ ਹਿੱਤ ਹੋ ਗਿਆ। ਆਪਣੇ ਨੇਕ ਪਤੀਆਂ ਧਰਮੀ ਪਤੀਆਂ ਉੱਚ ਘਰਾਣੇ ਦੇ ਪਤੀਆਂ ਨੂੰ ਉਹਨਾਂ ਨੇ ਤਿਲਾਂਜਲੀਆਂ ਦੇ ਦਿੱਤੀਆਂ। ਉਹਨਾਂ ਨੇ ਨਾ ਆਪਣੀ ਇੱਜ਼ਤ ਦੀ ਪਰਵਾਹ ਕੀਤੀ ਨਾ ਆਪਣੇ ਮਾਂ ਬਾਪ ਦੇ ਖਾਨਦਾਨ ਦੀ ਇੱਜ਼ਤ ਦੀ ਪਰਵਾਹ ਕੀਤੀ ਤੇ ਨਾ ਜਿੱਥੇ ਉਹ ਵਿਆਹੀਆਂ ਗਈਆਂ ਸਨ ਉਸ ਘਰਾਣੇ ਦੀ ਲੱਜ ਤੇ ਪਤ ਦੀ ਕੋਈ ਪਰਵਾਹ ਕੀਤੀ। ਕਛੂ ਨਾ ਜਾਣਸ ਜੇ ਕਹਿੰਦੇ ਨੇ ਕਛੂ ਨਾ ਜਾਣਸ ਕੁਝ ਵੀ ਨਹੀਂ ਜਾਣਦੇ ਜਿਹੜੇ ਆਦਮੀ ਕੁਝ ਵੀ ਨਹੀਂ ਸਨ ਜਾਣਦੇ ਕੁਝ ਵੀ ਨਹੀਂ ਸਨ ਸਮਝਦੇ। ਨਰ ਹਰ ਅਬ ਬਟ ਪਾਰ ਤੇ ਨਰ ਹਰ ਜਿਹੜੇ ਆਦਮੀਆਂ ਨੂੰ ਚੁਰਾਉਣ ਵਾਲੇ ਸਨ ਯਾਨੀ ਆਦਮੀਆਂ ਨੂੰ ਲੁੱਟਣ ਵਾਲੇ ਸਨ ਐਸੇ ਗਲਤ ਆਦਮੀ ਜਿਹੜੇ ਬਟਪਾ ਰਾਹ ਜਾਂਦੇ ਆਮ ਮੁਸਾਫਰਾਂ ਨੂੰ ਲੁੱਟਣ ਵਾਲੇ ਚੋਰ ਚੱਕੇ ਚੌਧਰੀ ਸਨ ਉਹਨਾਂ ਦੇ ਨਾਲ ਉੱਚੇ ਘਰਾਣੇ ਦੀਆਂ ਇਸਤਰੀਆਂ ਫਿਰਨ ਲੱਗ ਗਈਆਂ। ਕਛੂ ਨਾ ਸ਼ਾਸਤਰ ਮਾਨਤ ਸਿਮਰਤ ਕਹਿੰਦੇ ਨੇ ਨਾ ਤਾਂ ਕੁਝ ਲੋਕ ਸ਼ਾਸਤਰਾਂ ਨੂੰ ਮੰਨਦੇ ਨੇ ਛੇ ਹਿੰਦੂ ਧਰਮ ਦੇ ਧਰਮ ਗ੍ਰੰਥ ਜਿਨ੍ਹਾਂ ਨੂੰ ਖਾਟ ਸ਼ਾਸਤਰ ਕਿਹਾ ਗਿਆ ਹੈ। ਖਾਟ ਸ਼ਾਸਤਰ ਉਚਾ ਕਹੇ ਸਿਮਰਤ ਕਥੇ ਅਨੇਕ ਗੌੜੀ ਛਿੱਤੀ ਮਹੱਲਾ ਪੰਜਵਾਂ ਛੇ ਸ਼ਾਸਤਰ ਨਾ ਕੋਈ 27 ਸਿਮਰਤੀਆਂ ਨੂੰ ਮੰਨਦੇ ਨੇ ਨਾ ਕੁਝ ਸ਼ਾਸਤਰਾਂ ਨੂੰ ਮੰਨਦੇ ਨੇ ਨਾ ਕੋਈ ਥੋੜਾ ਬਹੁਤਾ 27 ਸਿਮਰਤੀਆਂ ਨੂੰ ਜਾਣਦੇ ਨੇ ਮੰਨਦੇ ਨੇ। ਨਾ ਜਾਣਤ ਬੋਲਤ ਕੁਬਿਦ ਪ੍ਰਕਾਰ ਬੋਲਤ ਕੁਬਿਦ ਪ੍ਰਕਾਰ ਅਜਿਹੇ ਤਰੀਕੇ ਨਾਲ ਬੋਲਦੇ ਨੇ ਕਿ ਜਿਸ ਨੂੰ ਸੁਣ ਕੇ ਦੂਸਰੇ ਨੂੰ ਅੱਗ ਲੱਗ ਜਾਵੇ। ਕੁਬਿਦ ਦਾ ਅਰਥ ਹੁੰਦਾ ਹੈ ਮਾੜੀ ਵਿਧੀ। ਅਯੋਗ ਤਰੀਕੇ ਦੇ ਤਰ੍ਹਾਂ ਅਯੋਗ ਤਰੀਕੇ ਦੇ ਨਾਲ ਬੋਲਦੇ ਨੇ ਜਿਹੜੇ ਮੰਦਾ ਬੋਲਣ ਵਾਲੇ ਨੇ ਕਿਉਂਕਿ ਜਿਹੜੀਆਂ ਇਸਤਰੀਆਂ ਅਜਿਹੇ ਤਰੀਕੇ ਨਾਲ ਇੱਕ ਖਾਨਦਾਨ ਤੋਂ ਦੂਸਰੇ ਥਾਵਾਂ ਤੇ ਫਿਰਦੀਆਂ ਤੁਰਦੀਆਂ ਨੇ ਉਹਨਾਂ ਨੂੰ ਬਾਅਦ ਵਿੱਚ ਜਦੋਂ ਜਵਾਨੀ ਢਲ ਜਾਂਦੀ ਏ ਉਦੋਂ ਜੋ ਉਹਨਾਂ ਦੀ ਜ਼ਿੰਦਗੀ ਦੀ ਦਸ਼ਾ ਹੁੰਦੀ ਏ ਉਹ ਸਿਰਫ ਉਹ ਹੀ ਮਹਿਸੂਸ ਕਰ ਸਕਦੀਆਂ ਨੇ। ਔਰ ਉਹਨਾਂ ਮਾੜੇ ਆਦਮੀ ਅਜਿਹੇ ਮਾੜੇ ਤਰੀਕੇ ਨਾਲ ਬੋਲਦੇ ਨੇ ਕਿ ਉਹ ਬੋਲ ਸਹਾਰਨੇ ਮੁਸ਼ਕਲ ਹੋ ਜਾਂਦੇ ਨੇ। ਕੁਸ਼ਟ ਤੇ ਅੰਗਨ ਕਹਿੰਦੇ ਨੇ ਫਿਰ ਜਦੋਂ ਇੱਕ ਪਵਿੱਤਰਤਾ ਅਪਵਿੱਤਰਤਾ ਦੇ ਰੂਪ ਵਿੱਚ ਬਦਲ ਜਾਵੇ ਪਾਣੀ ਸਾਫ ਤੇ ਸੁਥਰਾ ਹੈ ਪਰ ਜਦੋਂ ਉਹੀ ਪਾਣੀ ਚਿੱਕੜ ਦੇ ਰੂਪ ਵਿੱਚ ਚਿੱਕੜ ਬਣ ਜਾਂਦਾ ਹੈ ਕਿਤਨਾ ਗਲਤ ਹੋ ਜਾਂਦਾ। ਇਸੇ ਤਰ੍ਹਾਂ ਇਸ ਪ੍ਰਕਾਰ ਦੇ ਜੀਵਨ ਤੇ ਭ੍ਰਿਸ਼ਟ ਹੋਣ ਕਾ ਹੋਣ ਤੋਂ ਕੁਸ਼ਟ ਤੇ ਅੰਗਨ ਉਹਨਾਂ ਦੇ ਅੰਗਾਂ ਤੇ ਕੋੜ ਦੀਆਂ ਬਿਮਾਰੀਆਂ ਹੋ ਗਈਆਂ। ਆਦਮੀ ਵੀ ਕੋੜੀ ਹੋ ਗਏ ਔਰਤਾਂ ਵੀ ਕੋੜੀ ਪਰ ਉਹਨਾਂ ਦੇ ਅੰਗ ਉਹਨਾਂ ਦੇ ਸਰੀਰ ਗਲ ਜਾਣਗੇ ਤੇ ਇਉਂ ਕੋੜ ਦੀ ਬਿਮਾਰੀ ਦੇ ਨਾਲ ਉਹਨਾਂ ਦੇ ਕੁਲੰਗਨ ਸਰੀਰ ਜਿਹੜੇ ਨੇ ਉਹ ਗਲ ਜਾਣਗੇ ਕੁਸ਼ਤੀ ਹੋ ਜਾਣਗੇ ਇਸਤਰੀਆਂ ਪੁਰਸ਼ ਕੁਸ਼ਤੀ ਹੋ ਜਾਣਗੇ ਔਰ ਉਹਨਾਂ ਦੇ ਅੰਗ ਉਹਨਾਂ ਦੇ ਸਰੀਰ ਗਲ ਜਾਣਗੇ। ਆ ਜਿਹੜੀ ਅੱਜ ਦੁਨੀਆਂ ਭਰ ਵਿੱਚ ਮਸ਼ਹੂਰ ਬਿਮਾਰੀ ਏ ਇਹ ਜਿਹੜੇ
ਇਹੋ ਜਿਹੀਆਂ ਬਿਮਾਰੀਆਂ ਇਸੇ ਕਾਰਨ ਹੀ ਪੈਦਾ ਹੋਈਆਂ ਨੇ ਹੋਣਗੀਆਂ ਕਿ ਇਸ ਤਰ੍ਹਾਂ ਢੰਗ ਦੇ ਨਾਲ ਉਹਨਾਂ ਦੀ ਕੋਹੜ ਦੀ ਬਿਮਾਰੀ ਦੇ ਨਾਲ ਸਰੀਰ ਵੀ ਗਲ ਜਾਣਗੇ। ਅਲਪ ਅਯੋਗ ਅਛਜ ਅੱਛਾ ਜੀ ਕਹਿੰਦੇ ਜਿਹੜੇ ਤੁਸ਼ਬ ਅਲਪ ਥੋੜੀ ਅਲਪ ਆਹਾਰ ਰਾਮ ਕਲੀ ਪਾਤਸ਼ਾਹੀ ਦਸਵੀਂ ਦਸਮ ਗ੍ਰੰਥ ਸ਼ਬਦ ਹਜ਼ਾਰੇ ਅਲਪ ਜਿਹੜੇ ਤੁਸ਼ ਬੁੱਧੀ ਵਾਲੇ ਹੋਣਗੇ ਜਿਹੜੇ ਅਯੋਗ ਅਯੋਗ ਆਦਮੀ ਹੋਣਗੇ ਅਛੱਜ ਜਿਹੜੇ ਛਵੀ ਤੋਂ ਬਿਨਾਂ ਸੋਭਾ ਤੋਂ ਰਹਿਤ ਇਸਤਰੀ ਪੁਰਸ਼ ਹੋਣਗੇ ਜਿਹੜੇ ਆਪਣੇ ਖਾਨਦਾਨਾਂ ਕੁਲਾਂ ਦੇ ਦੀ ਲੱਜ ਤੇ ਪਦ ਦੀ ਪਰਵਾਹ ਨਹੀਂ ਕਰਨਗੇ ਐਸੇ ਉਹ ਬੇਪਤ ਹੋ ਜਾਣਗੇ ਸਰੀਰਕ ਤੌਰ ਤੇ ਵੀ ਦੁਖੀ ਹੋਣਗੇ ਮਾਨਸਿਕ ਤੌਰ ਤੇ ਵੀ ਦੁਖੀ ਹੋਣਗੇ। ਕਹਿੰਦੇ ਨੇ ਉਹ ਹਜ਼ੂਰ ਫਰਮਾਂਦੇ ਨੇ ਅਸਲ ਵਿੱਚ ਨਾ ਉਹ ਇਸਤਰੀਆਂ ਨੇ ਨਾ ਉਹ ਪੁਰਸ਼ ਨੇ ਜਿਨ੍ਹਾਂ ਨੂੰ ਆਪਣੀ ਵੀ ਲਜਪਤ ਦਾ ਖਿਆਲ ਨਾ ਹੋਵੇ ਆਪਣੇ ਘਰ ਆਪਣੇ ਬਜ਼ੁਰਗਾਂ ਤੇ ਫਿਰ ਗਾਂ ਆਪਣੇ ਬੱਚਿਆਂ ਤੱਕ ਵੀ ਕਿਸੇ ਦਾ ਕੁਝ ਖਿਆਲ ਨਾ ਹੋਵੇ ਕੁਝ ਵਿਚਾਰ ਨਾ ਹੋਵੇ। ਕਹਿੰਦੇ ਨੇ ਕਦੋਂ ਅਥਵਾ ਉਹ ਜਿਹੜੇ ਲੋਕ ਨੇ ਨਰਕ ਨੂੰ ਛੱਡ ਕੇ ਦੁਨੀਆਂ ਤੇ ਅਵਤਾਰੇ ਜਨਮੇ ਨੇ ਉਹ ਨਰਕਾਂ ਦੇ ਜੀਵ ਨੇ ਜਿਹੜੇ ਇਸ ਪਾਸੇ ਪ੍ਰਵਿਰਤ ਹੋ ਰਹੇ ਨੇ ਔਰ ਇਹ ਕਿਸੇ ਵਿਅਕਤੀ ਦੀ ਵਿਚਾਰ ਨਹੀਂ ਹਜ਼ੂਰ ਦਸਮ ਪਾਤਸ਼ਾਹ ਦੇ ਪਵਿੱਤਰ ਸ਼ਬਦ ਨੇ। ਕਹਿੰਦੇ ਉਹ ਅਥਵਾ ਐਸੇ ਇਸਤਰੀਆਂ ਪੁਰਸ਼ ਨਰਕ ਨੂੰ ਛੱਡ ਕੇ ਇਸ ਧਰਤੀ ਤੇ ਅਵਤਰੇ ਜਨਮੇ ਨੇ ਮਹਾਪਾਸ ਦੇ ਬਹੁਤੇ ਪਸ਼ੂ ਨੇ ਕਿਉਂਕਿ ਬੁਰਿਆਈਆਂ ਵਾਲੇ ਪਾਸੇ ਵਧੀਕ ਪ੍ਰਵਿਰਤ ਹੋਣਾ ਇਹ ਪਸ਼ੂ ਬਿਰਤੀ ਹੀ ਤਾਂ ਹੈ। ਦੌਲਤ ਪ੍ਰਿਥੀ ਨਿਲਾਜ ਤੇ ਕਹਿੰਦੇ ਨੇ ਨਿਲਾਜ ਬੇਸ਼ਰਮ ਹੋ ਕੇ ਨਿਲਾਜ ਹੋ ਕੇ ਬੇਸ਼ਰਮ ਹੋ ਕੇ ਧਰਤੀ ਤੇ ਤੁਰੇ ਫਿਰਦੇ ਨੇ ਡੋਲਦੇ ਫਿਰਦੇ ਨੇ ਧਰਤੀ ਤੇ ਦੁੱਧ ਜਿਹੜੇ ਨੇ ਡੋਲਦੇ ਫਿਰਦੇ ਨੇ ਤੁਰੇ ਫਿਰਦੇ ਨੇ ਬੇਸ਼ਰਮ ਹੋ ਕੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਰਮ ਨਹੀਂ ਹੁੰਦੀ। ਦੋਹਰਾ ਸ਼ੰਕਰ ਵਰਣ ਪ੍ਰਜਾ ਭਈ ਹਜ਼ੂਰ ਵਰਣਨ ਕਰਦੇ ਨੇ ਹੋਰ ਸ਼ੰਦ ਦੇ ਅੰਦਰ ਵਰਣਨ ਕਰਦੇ ਨੇ ਸ਼ੰਕਰ ਵਰਣ ਬ੍ਰਨ ਪ੍ਰਜਾ ਭਈ ਸ਼ੰਕਰ ਵਰਣ ਜਿਵੇਂ ਸ਼ੰਕਰ ਵਰਣ ਦਾ ਹੁੰਦਾ ਹੈ ਇੱਕ ਖਾਨਦਾਨ ਤੋਂ ਦੂਜੇ ਖਾਨਦਾਨ ਵਿੱਚ ਸੰਬੰਧ ਹੋ ਜਾਣੇ ਤੇ ਉਹ ਔਲਾਦ ਪੈਦਾ ਹੋ ਜਾਣੀ ਜੋ ਅਯੋਗ ਸੰਬੰਧਾਂ ਦੇ ਨਾਲ ਔਲਾਦ ਹੁੰਦੀ ਹੈ। ਪੰਜਾਬ ਦੇ ਵਿੱਚ ਲੋਕ ਜਿਸ ਨੂੰ ਸ਼ਬਦ ਵਰਦੇ ਨੇ ਹਰਾਮੀ ਪਿਆਰਨਾ ਥੋ ਸ੍ਰੀ ਵਾਹ ਜਿਵੇਂ ਕੋਈ ਮੁਸਲਮਾਨ ਇਸਤਰੀ ਬ੍ਰਾਹਮਣ ਦੇ ਨਾਲ ਵਿਆਹ ਕਰ ਲਵੇ ਉਹਦੇ ਤੋਂ ਪੈਦਾ ਹੋਈ ਔਲਾਦ ਨੂੰ ਸ਼ੰਕਰ ਵਰਣ ਕਿਹਾ ਹੈ। ਜਿਹੜੇ ਇੱਕ ਦੂਸਰੇ ਤੋਂ ਦੂਸਰੇ ਪਾਸੇ ਔਲਾਦ ਹੋ ਜਾਵੇ ਮਿਲ ਜਾਵੇ ਉਸ ਨੂੰ ਸ਼ੰਕਰ ਵਰਣ ਕਿਹਾ ਜਾਂਦਾ ਹੈ। ਔਰ ਇਸ ਤਰੀਕੇ ਨਾਲ ਵਿਸ਼ਨੂੰ ਪੁਰਾਣ ਦੇ ਵਿਚਾਰ ਮੁਤਾਬਿਕ ਇਹ ਤਰੀਕਾ ਵੀ ਦੱਸਿਆ ਗਿਆ ਹੈ ਕਿ ਬ੍ਰਾਹਮਣ ਦਾ ਜਿਹੜਾ ਰੰਗ ਹੈ ਬ੍ਰਾਹਮਣ ਦੀ ਔਲਾਦ ਦਾ ਉਹ ਗੋਰੇ ਰੰਗ ਦਾ ਖੱਤਰੀ ਦੀ ਔਲਾਦ ਖੱਤਰੀ ਦਾ ਰੰਗ ਲਾਲ ਰੰਗ ਦਾ ਵੈਸ ਦਾ ਰੰਗ ਜਿਹੜਾ ਹੈ ਉਹ ਕਾਲੇ ਰੰਗ ਦਾ ਇਹਦੇ ਨਾਲ ਨਾਲ ਜਿਹੜਾ ਸ਼ੂਦਰ ਹੈ ਉਸਦਾ ਰੰਗ ਕਾਲਾ ਜਿਹੜਾ ਵੈਸ਼ ਹੈ ਉਸਦਾ ਰੰਗ ਉਸਦੀ ਔਲਾਦ ਦਾ ਰੰਗ ਇਸ ਪ੍ਰਕਾਰ ਜਿਵੇਂ ਤਾਂਬੇ ਦਾ ਰੰਗ ਹੁੰਦਾ ਮਿਸਰਤ ਜਿਹਾ ਰੰਗ ਮਿਲਵਾਂ ਜਿਹਾ ਰੰਗ ਜਿਸ ਨੂੰ ਲੋਕ ਕਹਿੰਦੇ ਨੇ ਕਣਕ ਭਿੰਨਾ ਰੰਗ ਇੱਥੇ ਮੁੰਡੇ ਦਾ ਪਿਆਰਨਾ ਖੋ ਸ੍ਰੀ ਵਾਹ ਇਸ ਤਰੀਕੇ ਨਾਲ ਵਿਸ਼ਨੂੰ ਪੁਰਾਣ ਦੀ ਵਿਚਾਰ ਆਈਏ ਪਰ ਇੱਥੇ ਹਜ਼ੂਰ ਵਰਣਨ ਕਰ ਰਹੇ ਨੇ ਸ਼ੰਕਰ ਬ੍ਰਨ ਪ੍ਰਜਾ ਭਈ ਇੱਕ ਖਾਨ ਜਿਵੇਂ ਮਿਸਾਲ ਦਿੱਤੀ ਏ ਸ਼ੰਕਰ ਵਰਣ ਕਿ ਮੁਸਲਮਾਨ ਘਰਾਣੇ ਦੀ ਇਸਤਰੀ ਬ੍ਰਾਹਮਣ ਨਾਲ ਵਿਆਹ ਕਰ ਲਵੇ ਬ੍ਰਾਹਮਣਾਂ ਦੀਆਂ ਇਸਤਰੀਆਂ ਮੁਸਲਮਾਨਾਂ ਦੇ ਨਾਲ ਵਿਆਹ ਕਰ ਲੈਣ ਇਸ ਢੰਗ ਦੇ ਨਾਲ ਇਸ ਵਿਚਾਰ ਦੇ ਨਾਲ ਜਿਹੜੀ ਔਲਾਦ ਦੋਨਾਂ ਪੱਖਾਂ ਤੋਂ ਹੋਵੇਗੀ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ੰਕਰ ਵਰਣ ਇੱਥੇ ਵਰਣਨ ਕਰ ਰਹੇ ਨੇ। ਸਾਰੀ ਪ੍ਰਜਾ ਜਿਹੜੀ ਏ ਇਹ ਮਿਲੇ ਜੁਲੇ ਵਰਣ ਦੀ ਹੋ ਗਈ ਇੱਕ ਵਰਣ ਰਹਾ ਨਾ ਕੋਏ ਕਹਿੰਦੇ ਨੇ ਕਿਸੇ ਖਾਨਦਾਨ ਦਾ ਕਿਸੇ ਕੌਮ ਦਾ ਇੱਕ ਵਰਣ ਨਾ ਰਿਹਾ ਇੱਕ ਵਿਚਾਰ ਨਾ ਰਹੀ ਇੱਕ ਖਾਨਦਾਨ ਤੋਂ ਇੱਕ ਖਾਨਦਾਨ ਪੈਦਾ ਹੋਣਾ ਇਹ ਵਿਚਾਰ ਨਾ ਰਹੀ
ਰਾਜਾ ਮਹੇਸ਼ ਇੰਦਰ ਸਿੰਘ, ਮਹਾਰਾਜਾ ਭੁਪਿੰਦਰਾ ਸਿੰਘ ਪਟਿਆਲਾ ਪਤੀ ਦੇ ਛੋਟੇ ਭਰਾ ਬਹੁਤ ਬਿਮਾਰ ਹੋ ਗਏ ਤੇ ਡਾਕਟਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ, ਸਰਕਾਰ ਤੁਹਾਨੂੰ ਨਵੇਂ ਖੂਨ ਦੀ ਜ਼ਰੂਰਤ ਹੈ, ਤੁਹਾਨੂੰ ਖੂਨ ਦੇਣਾ ਚਾਹੀਦਾ ਹੈ, ਜੋ ਆਗਿਆ ਹੋਵੇ ਸਰਕਾਰ। ਮਹਾਰਾਜ ਰਾਜਾ ਮਹੇਸ਼ ਇੰਦਰਾ ਸਿੰਘ ਕਹਿਣ ਲੱਗੇ, ਕਿਸ ਦਾ ਖੂਨ ਦਿਓਗੇ, ਕਿੱਥੋਂ ਖੂਨ ਲਿਆਓਗੇ, ਮੈਨੂੰ ਖੂਨ ਚੜਾਉਣ ਵਾਸਤੇ ਕਿਸ ਦਾ ਖੂਨ ਕੱਢੋਗੇ? ਕਹਿਣ ਲੱਗੇ, ਜੀ ਇਹ ਜੋ ਬਲੱਡ ਬੈਂਕ ਹੈ ਇਹਦੇ ਵਿੱਚੋਂ ਦੇ ਦੇਵਾਂਗੇ। ਉਹਨਾਂ ਨੇ ਜਵਾਬ ਵਿੱਚ ਆਖਿਆ, ਇਹ ਖੂਨ ਬਾਬੇ ਆਲਾ ਸਿੰਘ ਦਾ ਹੈ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਜਿਨ੍ਹਾਂ ਨੇ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਇਹ ਖੂਨ ਬਾਬਾ ਆਲਾ ਸਿੰਘ ਦਾ ਹੈ, ਬਾਬੇ ਆਲਾ ਸਿੰਘ ਦੇ ਖੂਨ ਵਿੱਚ ਕਿਸੇ ਹੋਰ ਖੂਨ ਨੂੰ ਮੈਂ ਨਹੀਂ ਮਿਲਾਉਣਾ ਚਾਹੁੰਦਾ। ਜੇ ਬਖਸ਼ਿਸ਼ ਕਰਨਗੇ, ਜੀਵਨ ਜ਼ਿੰਦਗੀ ਦੇਣਗੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਖਸ਼ਿਸ਼ ਕਰ ਦੇਣਗੇ, ਮੈਂ ਆ ਬਾਕੀ ਲੋਕਾਂ ਦੇ ਖੂਨ ਨਾਲ ਇਸ ਖੂਨ ਨੂੰ ਮਿਲਾ ਕੇ ਆਪਣੀ ਜ਼ਿੰਦਗੀ ਕਾਇਮ ਨਹੀਂ ਕਰਨਾ ਚਾਹੁੰਦਾ। ਪਿਆਲਾ ਖੋ ਸ੍ਰੀ ਵਾ, ਇਉਂ ਕਹਿੰਦੇ ਨੇ। ਖਾਨਦਾਨ ਦੀ ਲੱਜ ਤੇ ਪੱਤ ਦੀ ਵਿਚਾਰਧਾਰਾ ਵਾਲੇ ਲੋਕ ਸਮਝਦੇ ਨੇ। ਇੱਥੇ ਹਜ਼ੂਰ ਕਹਿ ਰਹੇ ਨੇ, ਇੱਕ ਬਰਨ ਜਿਹੜਾ ਹੈ ਕਿਸੇ ਦਾ ਨਹੀਂ ਰਿਹਾ, ਮਿਲਾਵਟਾਂ ਹੋ ਗਈਆਂ, ਸਕਲ ਸੂਦਰਤਾ ਪ੍ਰਾਪਤ ਭਏ, ਸਾਰੇ ਲੋਕ ਨੀਚਤਾ ਨੂੰ ਪ੍ਰਾਪਤ ਹੋ ਗਏ, ਸਭ ਨੀਵੇਂ ਹੋ ਗਏ। ਸੂਦਰ ਸਭ ਤੋਂ ਨੀਵੇਂ ਨੂੰ ਗਿਣਿਆ ਸੀ, ਇਸੇ ਸੂਦਰ ਦਾ ਮਤਲਬ ਹੈ ਸਭ ਨੀਵੇਂ, ਸਾਰੇ ਨੀਚਤਾ ਨੂੰ ਪ੍ਰਾਪਤ ਹੋ ਗਏ। ਦੈਵ ਕਰੈ ਨਾ ਕਰੈ ਸੋ ਹੋਇ, ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਐਸਾ ਵਕਤ ਆਵੇਗਾ ਜਦੋਂ ਨਾ ਕੋਈ ਮਾਂ ਕੁਝ ਕਰ ਸਕੇਗੀ, ਨਾ ਬਾਪ ਕੁਝ ਕਰ ਸਕੇਗਾ, ਨਾ ਕੋਈ ਭੈਣ, ਨਾ ਕੋਈ ਭਰਾ ਕੁਝ ਕਰ ਸਕੇਗਾ ਆਪਣੇ ਖਾਨਦਾਨ ਲੱਜ ਦੀ ਲਜਪਤ ਰੱਖਣ ਵਾਸਤੇ। ਬਸ ਬਸ ਇੱਕ ਵਾਹਿਗੁਰੂ ਤੇ ਭਰੋਸਾ ਹੈ, ਦੈਵ ਕਰੈ ਸੋ ਹੋਏ, ਜੋ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਕਰਨਗੇ ਉਹ ਕੁਝ ਹੋਵੇਗਾ। ਇਸ ਪ੍ਰਕਾਰ ਮਿਲੇ ਜੁਲੇ ਵਰਨ ਵਾਲੀ ਸਾਰੀ ਪ੍ਰਜਾ ਸੰਸਾਰ ਹੋ ਗਿਆ, ਧਰਮ ਨਾ ਕਤੋਂ ਰਹਾਨ, ਹਜ਼ੂਰ ਕਹਿੰਦੇ ਨੇ ਧਰਮ ਕਿਤੇ ਰਿਹਾ ਹੀ ਨਾ। ਕਿਥੇ ਪਤਨੀ ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਤੇ ਪਤੀ ਉਸ ਨੂੰ ਦੇਵੀ ਤੇ ਫਰਿਸ਼ਤਿਆਂ ਤੋਂ ਵੱਧ ਮਹਾਨ ਸਮਝ ਕੇ ਜ਼ਿੰਦਗੀ ਦੀ ਸਾਂਝ ਕਰਦੇ ਸਨ, ਇਸੇ ਤਰ੍ਹਾਂ ਬਾਕੀ ਰਿਸ਼ਤੇ ਨੇ ਭੈਣਾਂ ਭਰਾਵਾਂ ਦੇ, ਸਮਾਜ ਦੇ, ਬਜ਼ੁਰਗਾਂ ਦੇ, ਇਉਂ ਕਿਤੇ ਧਰਮ ਰਿਹਾ ਨਾ। ਪਾਪ ਪਰਚੁਰ ਰਾਜਾ ਭਏ, ਤੇ ਹੋਰ ਲੋਕਾਂ ਦੀ ਕੀ ਗੱਲ ਕਰਨੀ ਹੈ, ਧਰਮ ਨਾ ਕਤੁ ਰਹਾਨ, ਕਿਤੇ ਧਰਮ ਨਾ ਰਿਹਾ। ਪਾਪ ਪਰਚੁਰ ਰਾਜਾ ਭਏ, ਰਾਜੇ ਪਾਪ ਵਿੱਚ ਪ੍ਰਵਿਰਤ ਹੋ ਗਏ, ਰਾਜ ਹੀ ਪਾਪ ਕਰਨ ਲੱਗ ਪਏ, ਰਾਜੇ ਹੀ ਕਸਾਈ ਬਣ ਗਏ। ਸੋਰਠਾ ਭਈ ਧਰਮ ਕੀ ਹਾਨ, ਪਾਪ ਪਰਚੁਰ ਰਾਜਾ ਪਏ, ਭਈ ਧਰਮ ਕੀ ਹਾਨ, ਇਉਂ ਧਰਮ ਦੀ ਹਾਨੀ ਹੋ ਗਈ, ਧਰਮ ਨਾਸ਼ ਹੋ ਗਿਆ, ਧਰਮ ਦੀ ਸ਼ਕਤੀ ਕਮਜ਼ੋਰ ਹੋ ਗਈ। ਸੋਰਠਾ ਧਰਮ ਕਤੋ ਨਾ ਰਹਾ, ਹਜ਼ੂਰ ਫਰਮਾਉਂਦੇ ਨੇ ਕਿਤੇ ਵੀ ਧਰਮ ਨਹੀਂ ਰਿਹਾ, ਨਾ ਪਾਪ ਪਰਚੁਰ ਜਗ ਮੋਤਰਾ, ਧਰਮ ਨਾ ਕਤੁ ਰਹਾਨ, ਪਾਪ ਪਰਚੁਰ ਜਗ ਮੈਂ ਤਰਾ, ਜਗ ਮੋਤਰਾ, ਧਰਤੀ ਤੇ ਜਗਤ ਵਿੱਚ ਪਾਪ ਪ੍ਰਵਿਰਤ ਹੋ ਗਿਆ, ਧਰਮ ਕਿਤੇ ਰਹਾਨ ਰਿਹਾ ਨਹੀਂ। ਨੰਨਾ ਨਿਸ਼ਿਦ ਜਿਹੜਾ ਲਿਖਿਆ ਹੋਇਆ ਰਹਾਨ ਦੇ ਨਾਲ ਪੜ੍ਹਨਾ ਚਾਹੀਏ, ਔਰ ਇਹਨਾਂ ਚੀਜ਼ਾਂ ਦੀ ਸਮਝ ਉਦੋਂ ਤੱਕ ਨਹੀਂ ਆਉਂਦੀ ਜਦੋਂ ਤੱਕ ਉਸਤਾਦਾਂ ਤੋਂ ਬਜ਼ੁਰਗਾਂ ਤੋਂ ਟਕਸਾਲਵੇ ਜਾ ਕੇ ਪੜ੍ਹੀਏ ਨਾ। ਛਾਪੇਖਾਨੇ ਵਾਲਿਆਂ ਨੇ ਤਾਂ ਪੈਸੇ ਕਮਾਉਣੇ ਨੇ, ਪੈਸੇ ਬਣਾਉਣੇ ਨੇ, ਇਸ ਵਾਸਤੇ ਜਿਵੇਂ ਉਹਨਾਂ ਨੇ ਲਿਖ ਦਿੱਤਾ ਹੈ ਉਹਦੇ ਕਰਨ ਨਾਲ ਅਨਰਥ ਹੋ ਜਾਵੇਗਾ। ਇਸ ਵਾਸਤੇ ਲਫ਼ਜ਼ ਪਹਿਲਾਂ ਆ ਗਿਆ ਹੈ, ਧਰਮ ਨਾ ਕਤੁ ਰਹਾਨ, ਇੱਕ ਨੰਨਾ ਦੋ ਥਾਵਾਂ ਤੇ ਨਹੀਂ ਵਰਤਿਆ ਜਾ ਸਕੇਗਾ। ਧਰਮ ਨਾ ਕਤੁ ਰਹਾਨ, ਪਾਪ ਪਰ ਚੁਰ ਜਗ ਮੈਂ ਤਰ, ਜਗ ਮੋ ਤਰਾ, ਧਰਤੀ ਤੇ ਜਗਤ ਵਿੱਚ ਪਾਪ ਪ੍ਰਵਿਰਤ ਹੋ ਗਿਆ, ਧਰਮ ਰਹਾਨ ਕਿਤੇ ਨਹੀਂ ਰਿਹਾ ਜੀ। ਧਰਮ ਸਭਨ ਬਿਸਰਾਨ, ਸਾਰਿਆਂ ਨੇ ਧਰਮ ਭੁਲਾ ਦਿੱਤਾ, ਪਾਪ ਕੰਠ ਸਭ ਜਗ ਕੀਓ, ਸਾਰੇ ਜਗਤ ਨੇ ਪਾਪ ਜਿਹੜਾ ਸੀ ਨਾ ਉਹ ਕੰਠ ਕਰ ਲਿਆ, ਮੂੰਹ ਜ਼ਬਾਨੀ ਯਾਦ ਕਰ ਲਿਆ,
ਅਸੀਂ ਬਾਣੀ ਛੱਡ ਕੇ ਹੋਰ ਚੀਜ਼ਾਂ ਆ ਬੱਚੇ ਬੱਚੀਆਂ ਕਿਤਨੇ ਆ ਜਿਹੜੇ ਗੰਦੇ ਮੰਦੇ ਗੀਤ ਹੁੰਦੇ ਨੇ ਸਿਨੇਮਿਆਂ ਦੇ, ਇੱਕ ਵਾਰੀ ਕੁੜੀਆਂ ਸੁਣ ਲੈਣ ਤੇ ਭੁੱਲਦਾ ਨਹੀਂ, ਇੱਕ ਵਾਰੀ ਮੁੰਡੇ ਸੁਣ ਲੈਣ ਤੇ ਭੁੱਲਦਾ ਨਹੀਂ, ਪਰ ਬਾਣੀ ਦੇ ਵਾਸਤੇ ਪਹਿਲੀ ਪੌੜੀ ਯਾਦ ਕਰਨੀ ਔਖੀ, ਮੂਲ ਮੰਤਰ ਕੰਠ ਕਰਨਾ ਔਖਾ, ਹੋਰ ਚੀਜ਼ਾਂ ਸਭ ਯਾਦ ਹੋ ਜਾਂਦੀਆਂ ਨੇ। ਆ ਜਿਹੜੇ ਅੰਗਰੇਜ਼ੀ ਦੇ ਗਾਣੇ ਇੱਥੇ ਬੱਚੇ ਸੁਣਦੇ ਨੇ, ਝੂਮਣ ਲੱਗ ਜਾਂਦੇ ਨੇ, ਹਿੱਲਣ ਲੱਗ ਜਾਂਦੇ ਨੇ, ਪਰ ਕਹਿੰਦੇ ਨੇ ਗੁਰਮੁਖੀ ਪੜ੍ਹਨੀ ਔਖੀ ਏ, ਪੰਜਾਬੀ ਪੜ੍ਹਨੀ ਔਖੀ ਏ। ਪਰ ਆਪਣੇ ਬੱਚੇ ਬੱਚੀਆਂ ਨੂੰ, ਭੈਣਾਂ ਨੂੰ, ਮਾਤਾਵਾਂ ਭਰਾਵਾਂ ਨੂੰ ਬੇਨਤੀ ਕਰਾਂਗਾ, ਮੁਸਲਮਾਨ ਦੁਨੀਆਂ ਭਰ ਵਿੱਚ ਕਿਤੇ ਵੀ ਰਹਿੰਦਾ ਹੈ, ਪਰ ਉਹਨੇ ਕਦੇ ਨਹੀਂ ਆਖਿਆ ਕਿ ਮੇਰੇ ਤੋਂ ਅਰਬੀ ਨਹੀਂ, ਮੈਂ ਅਰਬੀ ਨਹੀਂ ਪੜ੍ਹ ਸਕਦਾ, ਮੈਂ ਕੁਰਾਨ ਨਹੀਂ ਪੜ੍ਹ ਸਕਦਾ, ਮੈਨੂੰ ਕੁਰਾਨ ਪੜ੍ਹਨਾ ਨਹੀਂ ਆਉਂਦਾ। ਸਵਾਲ ਹੀ ਨਹੀਂ, ਉਹ ਪੰਜ ਪੰਜ ਛੇ ਛੇ ਸਾਲ ਤੋਂ ਹੀ ਬੱਚਿਆਂ ਨੂੰ ਕੁਰਾਨ ਮਜੀਦ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਨੇ। ਦੁਨੀਆਂ ਭਰ ਵਿੱਚ ਕਿਤੇ ਵੀ ਮੁਸਲਮਾਨ ਰਹਿੰਦਾ, ਪਰ ਇਹ ਨਹੀਂ ਕਿ ਉਹਨੂੰ ਇਸਲਾਮ ਦਾ ਗਿਆਨ ਨਾ ਹੋਵੇ, ਉਹ ਰੋਜ਼ੇ ਨਾ ਰੱਖੇ, ਨਮਾਜ਼ ਨਾ ਪੜ੍ਹੇ ਜਾਂ ਕੁਰਾਨ ਨਾ ਪੜ੍ਹੇ। ਇਹ ਬਿਮਾਰੀ ਸਾਡੇ ਲੋਕਾਂ ਵਿੱਚ ਹੀ ਆ ਗਈ, ਸਾਡੇ ਬੱਚੇ ਬੱਚੀਆਂ ਲਈ ਗੁਰਮੁਖੀ ਪੜ੍ਹਨੀ ਔਖੀ ਹੋ ਗਈ। ਜਹਾਂ ਜਦੋਂ ਕਿਹਾ ਦੂਸਰੀਆਂ ਭਾਸ਼ਾਵਾਂ ਬੱਚੇ ਕਿਤਨੇ ਉਤਸ਼ਾਹ ਨਾਲ ਪੜ੍ਹਦੇ ਨੇ, ਵੀ ਬੇਨਤੀ ਕਰ ਰਿਹਾ ਸਾਂ ਫਿਰ ਪੜ੍ਹਨਾ। ਪਾਪ ਕੰਠ ਸਭ ਜਲ ਕੀਓ, ਸਾਰੇ ਜਗਤ ਨੇ ਪਾਪ ਮੂੰਹ ਬਾਣੀ ਯਾਦ ਕਰ ਲਿਆ। ਇਹ ਗੰਦੇ ਮੰਦੇ ਗੀਤ ਜੋ ਜ਼ਿੰਦਗੀ ਨੂੰ ਪ੍ਰਿਸ਼ਟ ਕਰਨ ਵਾਲੇ ਨੇ, ਇਹਨਾਂ ਨੂੰ ਕੰਠ ਕਰਨਾ ਵੀ ਪਾਪ ਹੀ ਹੈ। ਪਰ ਕੰਠ ਕਰਨ ਦਾ ਮਤਲਬ ਹੈ ਪਾਪ ਜਿਹੜਾ ਹੈ ਲੋਕਾਂ ਨੂੰ ਯਾਦ ਹੈ, ਕੰਠ ਦਾ ਮਤਲਬ ਹੁੰਦਾ ਯਾਦ ਹੋਣਾ, ਲੋਕਾਂ ਨੂੰ ਪਾਪ ਹੀ ਪਾਪ ਯਾਦ ਰਹਿ ਗਿਆ, ਲੋਕਾਂ ਨੇ ਪਾਪ ਹੀ ਕੰਠ ਕਰ ਲਿੱਤਾ, ਧਰਮ ਹੀ ਯਾਦ ਕੀਤਾ ਤੇ ਧਰਮ ਭੁਲਾ ਦਿੱਤਾ, ਧਰਮ ਵਿਸਾਰ ਦਿੱਤਾ। ਕਲ ਯੁਗ ਚੜਿਓ ਅਸੰਭ, ਬਹੁਤ ਦਿਨਾਂ ਤੋਂ ਕਈ ਗੁਰਮੁਖ ਤੇ ਕਈ ਬਜ਼ੁਰਗ ਪੁੱਛਦੇ ਸਨ ਉਹ ਜੀ ਕਦੋਂ ਆਉਣਗੇ, ਪਿਆਰ ਖੋ ਸ੍ਰੀ ਵਾ। ਅੱਜ ਛੋਟੇ ਛੋਟੇ ਬੱਚੇ ਹੀ ਇੱਥੇ ਆਉਂਦਿਆਂ ਹੀ ਪੁੱਛਣ ਲੱਗ ਗਏ, ਅੱਠ ਅੱਠ ਨੌ ਸਾਲ ਦੇ ਹੋਣਗੇ ਜੀ। ਲੋਕ ਕਹਿੰਦੇ ਨੇ ਦਸਵੇਂ ਪਾਤਸ਼ਾਹ ਜਿਹੜੇ ਨੇ ਉਹ ਦੁਨੀਆਂ ਤੇ ਆ ਗਏ ਨੇ ਤੇ 10 ਸਾਲਾਂ ਦੇ ਹੋ ਵੀ ਗਏ ਨੇ, ਮਤਲਬ ਉਹਨਾਂ ਦਾ ਇੱਧਰ ਹੀ ਸੀ। ਮੈਨੂੰ ਖੁਸ਼ੀ ਵੀ ਹੋਈ ਕਿ ਸੰਗਤ ਵਿੱਚ ਆਉਣ ਦਾ, ਗੁਰਦੁਆਰੇ ਆਉਣ ਦਾ ਇਹੋ ਹੀ ਮਹੱਤਵ ਹੈ। ਇੱਕ ਦਾ ਜਨਮ ਤਾਂ ਸਫਲਾ ਹੁੰਦਾ ਹੈ ਜਦੋਂ ਗੁਰੂ ਦੇ ਦਰਸ਼ਨ ਕਰਦਾ, ਜਦੋਂ ਗੁਰੂ ਦਾ ਦੀਦਾਰ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕਿਤੇ ਤੂੰ ਗੁਰੂ ਦਾ ਦਰਸ਼ਨ ਨਾ ਵੀ ਕਰ ਸਕੇ ਫਿਰ ਗੁਰੂ ਦੇ ਸਿੱਖ ਦਾ ਦਰਸ਼ਨ ਕਰ ਲਿਆ ਕਰ। ਸੱਚਮੁੱਚ ਜੇ ਕਿਤੇ ਦੇਸ਼ ਪ੍ਰਦੇਸ਼ ਵਿੱਚ ਰਹਿੰਦੇ ਹਾਂ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਦਾਰ ਨਾ ਹੋ ਸਕੇ, ਦਰਸ਼ਨ ਨਾ ਹੋ ਸਕੇ, ਉੱਥੇ ਕੋਈ ਅਸਥਾਨ, ਉੱਥੇ ਕੋਈ ਗੁਰਦੁਆਰਾ ਨਾ ਹੋਵੇ, ਕਿਸੇ ਦੇ ਘਰ ਸਤਿਗੁਰੂ ਜੀ ਦਾ ਸਰੂਪ ਵੀ ਪ੍ਰਕਾਸ਼ਵਾਨ ਨਾ ਹੋਵੇ, ਤੇ ਪਿਆਰਿਆ ਫਿਰ ਕਿਸੇ ਸਿੱਖ ਦਾ ਦਰਸ਼ਨ ਕਰ ਲਿਆ ਕਰ, ਤੇ ਸਤਿਗੁਰੂ ਦੇ ਸਿੱਖ ਦੇ ਦਰਸ਼ਨ ਕਰਕੇ ਹੀ ਤੇਰੇ ਪਾਪ ਨਾਥ ਹੋ ਜਾਣਗੇ। ਸਤ ਗੁਰ ਸਿੱਖ ਮਿਲਿਆ ਪਾਪ ਪਣਿਠਾ, ਭਾਈ ਸਾਹਿਬ ਭਾਈ ਗੁਰਦਾਸ ਜੀ ਪਿਆਰ ਖੋ ਸ੍ਰੀ। ਗੁਰੂ ਦੇ ਸਿੱਖ ਦਾ ਦਰਸ਼ਨ ਕਰ ਲਈਏ ਪਾਪ ਚਲੇ ਜਾਂਦੇ ਨੇ, ਉਜਲਤਾ ਆ ਜਾਂਦੀ ਹੈ। ਸਾਡਾ ਦਸਵਾਂ ਪਾਤਸ਼ਾਹ ਨਾ ਆਉਣ ਵਾਲਾ ਹੈ ਨਾ ਕਦੇ ਜਾਣ ਵਾਲਾ ਹੈ। ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ, ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ। ਵਡਹੰਸ ਮਹੱਲਾ ਪੰਜਵਾਂ, ਸਤਿਗੁਰੂ ਆਉਂਦੇ ਨੇ ਨਾ ਉਹ ਕਿਤੇ ਜਾਂਦੇ ਨੇ, ਕਿਉਂਕਿ ਉਹ ਸਰੀਰ ਨਹੀਂ ਉਹ ਜਾਗਰ ਜੋਤ ਨੇ। ਸਾਡੀ ਕਮਾਈ ਚ ਫਰਕ ਹੈ, ਸਾਡੇ ਸਿਦਕ ਵਿੱਚ ਫਰਕ ਹੈ, ਸਾਡੀ ਭਾਵਨਾ ਵਿੱਚ ਫਰਕ ਹੈ, ਵਰਨਾ ਉਹ ਜ਼ਰੂਰ ਬਿਰਧਬਾਣ ਦੀ ਲਾਜ ਰੱਖਦਿਆਂ ਹੋਇਆਂ ਜ਼ਰੂਰ ਬਖਸ਼ਿਸ਼ ਕਰਦੇ। ਪਿਆਰ ਨਾਲ ਖੋ ਸ੍ਰੀ ਵਾ। ਹਜ਼ੂਰ ਵਰਨਨ ਕਰ ਰਹੇ ਨੇ ਇੱਥੇ ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਪ੍ਰਸੰਗ ਲਿਖਿਆ ਹੈ, ਪ੍ਰਸੰਗ ਤੇ ਬਹੁਤ ਲੰਬਾ ਹੈ, ਪਰ ਇੱਕ ਸੈਂਟੈਂਸ ਇੱਥੇ ਕਹਿਣਾ ਚਾਹਾਂਗਾ। ਬਾਬਾ ਰਾਮ ਸਿੰਘ ਜੀ ਬੇਦੀ ਸਿਆਲਕੋਟ ਦੇ ਇਲਾਕੇ ਵਿੱਚ ਉਹਨਾਂ ਦਾ ਕੇਂਦਰੀ ਅਸਥਾਨ ਸੀ।
ਕੋਟਲੀ ਬਾਬਾ ਫਕੀਰ ਚੰਦ ਜੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਅੰਸ਼ ਵੰਸ਼ ਵਿੱਚੋਂ ਤਕਰੀਬਨ ਬਾਬਾ ਫਕੀਰ ਚੰਦ ਜੀ ਨੇ ਇਹ ਕੋਟਲੀ ਕਸਬਾ ਆਬਾਦ ਕੀਤਾ। ਇਸ ਲਈ ਇਹਨਾਂ ਬੇਦੀਆਂ ਨੂੰ ਕੋਟਲੀ ਫਕੀਰ ਚੰਦ ਬਾਬਾ ਫਕੀਰ ਚੰਦ ਜੀ ਦੀ ਕੋਟਲੀ ਦੇ ਬੇਦੀ ਕਿਹਾ ਜਾਂਦਾ ਸੀ। ਬਾਬਾ ਫਕੀਰ ਚੰਦ ਜੀ ਦੇ ਉਹ ਪੋਤਰੇ ਸਨ। ਇਸੇ ਵਿਚਾਰ ਅਨੁਸਾਰ ਜਦੋਂ ਪੰਥ ਤੇ ਬਿਪਤਾ ਆਈ, ਸੰਕਟ ਆਇਆ, ਉਸ ਮੌਕੇ ਤੇ ਬਾਬਾ ਰਾਮ ਸਿੰਘ ਜੀ ਬੇਦੀ ਅਗਵਾਈ ਕਰ ਰਹੇ ਸਨ। ਸਿੱਖ ਫੌਜ ਬਹੁਤ ਥੋੜੀ ਸੀ, ਚਾਰ ਚਫੇਰਿਓ ਘੇਰਾ ਪਾਇਆ ਗਿਆ, ਦੁਸ਼ਮਣ ਦੀ ਫੌਜ ਬਹੁਤ ਜ਼ਿਆਦਾ ਸੀ। ਇੰਜ ਮਹਿਸੂਸ ਹੁੰਦਾ ਸੀ ਕਿ ਕੁਝ ਹਜ਼ਾਰ ਸਿੱਖ ਇਸ ਘੇਰੇ ਵਿਚ ਸਮਾਪਤ ਹੋ ਜਾਣਗੇ। ਉਸ ਮੌਕੇ ਤੇ ਬਾਬਾ ਰਾਮ ਸਿੰਘ ਜੀ ਬੇਦੀ ਸਾਹਿਬ ਜੀ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਮੌਕੇ ਤੇ ਜੇ ਤੁਸੀਂ ਆਪ ਬਖਸ਼ਿਸ਼ ਨਹੀਂ ਕਰੋਗੇ ਤੇ ਤੁਹਾਡੀ ਸਿੱਖੀ ਤੁਹਾਡਾ ਪੰਥ ਸਮਾਪਤ ਹੋ ਜਾਵੇਗਾ। ਤੁਸੀਂ ਹੀ ਬਖਸ਼ਿਸ਼ ਕਰ ਸਕਦੇ ਹੋ, ਤੁਸੀਂ ਸਾਡੀ ਬਾਂਹ ਪਕੜ ਸਕਦੇ ਹੋ, ਤੁਸੀਂ ਰੱਖਿਆ ਕਰ ਸਕਦੇ ਹੋ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਉਸ ਮੌਕੇ ਤੇ ਗਿਲਜਿਆਂ ਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਦੀ ਅਗਵਾਈ ਨਾਲ ਅਣਗਿਣਤ ਆਪਣੇ ਅਗੈਬੀ ਤੇ ਅਕਾਲੀ ਫੌਜ ਦੇ ਨਾਲ ਸਾਡੇ ਨਾਲ ਮੁਕਾਬਲਾ ਕਰ ਰਹੇ ਹੋਣ। ਔਰ ਥੋੜੇ ਹੀ ਸਮੇਂ ਅੰਦਰ ਗਿਲਜੇ ਬਹੁਤ ਆਪਣਾ ਜਾਨੀ ਨੁਕਸਾਨ ਕਰਵਾ ਕੇ ਦੌੜ ਗਏ ਤੇ ਇੰਜ ਗੁਰੂ ਖਾਲਸਾ ਪੰਥ ਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਪਿਆਰ ਲੱਖੋ ਸ੍ਰੀ ਅਕਾਲ। ਪਰ ਜਦੋਂ ਇਹ ਭਾਵਨਾ ਸਾਡੇ ਵਿਚ ਆਵੇਗੀ, ਅਜੇ ਤੇ ਅਸੀਂ ਆਪਣੀ ਆਪਣੀ ਤਾਕਤ ਦਾ, ਆਪਣੀ ਆਪਣੀ ਸਿਆਣਪ ਦਾ, ਆਪਣੇ ਆਪਣੇ ਧੜੇ ਦਾ, ਪੱਖ ਪੂਰਨ ਦਾ ਯਤਨ ਕਰਦੇ ਹਾਂ। ਅਜੇ ਗੁਰੂ ਤੇ ਗੁਰੂ ਨੂੰ ਉਸ ਭਾਵਨਾ ਨਾਲ, ਉਸ ਵਿਚਾਰ ਨਾਲ, ਉਸ ਸਿਦਕ ਨਾਲ ਅਸੀਂ ਬੇਨਤੀ ਨਹੀਂ ਕੀਤੀ। ਹਾਂ, ਉਹ ਜ਼ਾਹਰ ਹਜ਼ੂਰ ਨੇ, ਹਾਜ਼ਰਾ ਹਜ਼ੂਰ ਨੇ, ਆਉਣ ਵਾਲੇ ਪ੍ਰਸੰਗਾਂ ਦੇ ਸੰਬੰਧ ਵਿਚ ਜੋ ਬਜ਼ੁਰਗਾਂ ਵੱਲੋਂ ਕੁਝ ਸਰਵਨ ਕੀਤਾ, ਬੇਨਤੀ ਕਰਾਂਗਾ, ਪਰ ਇੱਥੇ ਹਜ਼ੂਰ ਵਰਣਨ ਕਰ ਰਹੇ ਨੇ ਜੀ। ਕਲਯੁਗ ਚੜ੍ਹਿਓ ਅਸੰਭ। ਹਾਂ, ਪੁੱਛਦੇ ਸਨ ਬਜ਼ੁਰਗ ਬਹੁਤ ਸਾਰੇ, ਉਹ ਕਦੋਂ ਪ੍ਰਗਟ ਹੋਣਗੇ, ਉਹ ਕਦੋਂ ਪ੍ਰਸੰਗ ਸ਼ੁਰੂ ਹੋਵੇਗਾ। ਵਰਣਨ ਕਰਨ ਲੱਗੇ ਨੇ ਜਿਸ ਵਿਅਕਤੀ, ਜਿਸ ਮਹਾਂਸ਼ਕਤੀ ਦੇ ਪ੍ਰਗਟ ਹੋਣ ਦੀ ਕਥਾ ਵਰਣਨ ਕਰ ਰਹੇ ਨੇ, ਹੁਣ ਉਸ ਮੁਤਲਕ ਜ਼ਿਕਰ ਕਰ ਰਹੇ ਨੇ। ਪਹਿਲੀ ਵਾਰੀ ਸੁਣੋ ਜੀ। ਕਲਯੁਗ ਚੜ੍ਹਿਓ ਅਸੰਭ। ਕਲਯੁਗ ਇੱਕ ਪਾਸੇ ਇਹਨੂੰ ਬੜੀ ਮਹਾਨਤਾ ਹੈ, ਪਰ ਕਈ ਵਾਰੀ ਕਈ ਚੰਗੇ ਬੰਦੇ ਵੀ ਇੰਨੇ ਮਾੜੇ ਹੋ ਜਾਂਦੇ ਨੇ ਕਿ ਫਿਰ ਉਹਨਾਂ ਦੇ ਮੱਥੇ ਲੱਗਣਾ ਵੀ ਕੋਈ ਪਸੰਦ ਨਹੀਂ ਕਰਦਾ। ਭਾਵੇਂ ਕਲਯੁਗ ਨੂੰ ਬੜੀ ਮਹਾਨਤਾ ਹੈ, ਪਰ ਜੋ ਕਲਯੁਗ ਨੇ ਕਰਮ ਕੀਤੇ ਨੇ, ਜੋ ਕਲਯੁਗ ਨੇ ਆਪਣੇ ਵਿਚ ਪਾਪ ਕਰਮਾਂ ਦਾ ਵਰਤਾਓ ਵਰਤਾਇਆ ਹੈ, ਉਹਦੇ ਮੁਤਾਬਿਕ ਕਲਯੁਗ ਚੜ੍ਹਿਓ ਅਸੰਭ। ਕਲਯੁਗ ਬੜਾ ਅਸ਼ੁਭ ਚੜ੍ਹਿਆ, ਕਲਯੁਗ ਬੜਾ ਅਸ਼ੁਭ ਆਰੰਭ ਹੋਇਆ। ਜਗਤ ਕਵਨ ਬਿਦ ਬਾਟ ਹੈ। ਹਜ਼ੂਰ ਦਸਮ ਪਾਤਸ਼ਾਹ ਫਰਮਾਂਦੇ ਨੇ, ਤੁਸੀਂ ਦੱਸੋ ਜਗਤ ਦੇ ਲੋਕ ਇਹ ਸੰਸਾਰ ਕਿਹੜੀ ਵਿਧੀ ਨਾਲ ਬਚੇਗਾ ਜਦੋਂ ਰਾਜਾ ਹੀ ਕਤਲੋਗਾਰਤ ਕਰਨ ਲੱਗ ਪਿਆ। ਰੰਗ ਹੋ ਇਕ ਹੈ ਰੰਗ। ਹਜ਼ੂਰ ਵਰਣਨ ਕਰਦੇ ਨੇ ਕਿ ਫੇਰ ਬਈ ਕਿਵੇਂ ਬਚਾਅ ਹੋ ਸਕਦਾ ਐਸੇ ਵਾਤਾਵਰਨ ਵਿਚ। ਰੰਗ ਹੋ ਇਕ ਹੈ ਰੰਗ, ਇਕ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੇ ਪ੍ਰੇਮ ਰੰਗ ਵਿਚ ਆਪਣੇ ਮਨ ਨੂੰ ਰੰਗ ਲਓ, ਕਿਉਂਕਿ ਸਾਰੀ ਸ਼ਰਾਰਤ ਤਾਂ ਮਨ ਦੀ ਹੈ, ਮਨ ਹੀ ਤੇ ਸਾਰਾ ਕੁਝ ਕਰਨ ਵਾਲਾ ਹੈ। ਇਸ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਪ੍ਰੇਮ ਰੰਗ ਵਿਚ ਰੰਗੋ। ਤਬ ਛੁਟੋ ਕਾਲ ਕਾਲ ਤੇ। ਹਜ਼ੂਰ ਫਰਮਾਉਂਦੇ ਨੇ ਹੋਰ ਕੋਈ ਤਰੀਕਾ ਕਲਯੁਗ ਦੀ ਕਿਰਿਆ ਤੋਂ ਬਚਣ ਦਾ ਨਹੀਂ। ਆ ਜਿਹੜੇ ਕਰਮ ਅਸੀਂ ਸੁਣਦੇ ਆ ਰਹੇ ਹਾਂ ਇਹਨਾਂ ਕਰਮਾਂ ਤੋਂ, ਹਜ਼ੂਰ ਕਹਿੰਦੇ ਨੇ ਤਬ ਛੁੱਟ ਹੋ ਕਲ ਕਾਲ ਤੇ, ਤਾਂ ਕਲਯੁਗ ਦੇ ਸਮੇਂ ਦੇ ਦੀ ਕਿਰਿਆ ਤੋਂ, ਕਲਯੁਗ ਦੇ ਸਮੇਂ ਦੇ ਪਾਪਾਂ ਤੋਂ, ਬੁਰਾਈਆਂ ਤੋਂ ਹੇ ਗੁਰੂ ਕੇ ਸਿੱਖੋ ਤਾਂ ਛੁੱਟੋਗੇ, ਜੇਕਰ ਆਪਣੇ ਮਨ ਨੂੰ ਅਕਾਲ ਪੁਰਖ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਰੰਗ ਵਿਚ ਰੰਗ ਲਵੋਗੇ। ਹੁਣ ਅਸਾਂ ਫੈਸਲਾ ਕਰਨਾ ਹੈ ਕਿ ਬਾਣੀ ਦੇ
ਪ੍ਰੇਮ ਰੰਗ ਵਿਚ ਆਪਣੇ ਆਪ ਨੂੰ ਰੰਗਣਾ ਹੈ ਜਾਂ ਦੁਨੀਆਂ ਦੀਆਂ ਬੁਰਾਈਆਂ ਦੇ ਪ੍ਰੇਮ ਰੰਗ ਵਿਚ ਆਪਣੇ ਮਨ ਨੂੰ ਰੰਗਣਾ? ਹਾਂ, ਹਜ਼ੂਰ ਨੇ ਤਾਂ ਸਾਨੂੰ ਸਮਝਾ ਦਿੱਤਾ, ਇਹ ਵਰਣਨ ਕਰ ਦਿੱਤਾ, ਇਸ ਦੋਹੇ ਅੰਦਰ ਇਹਨਾਂ ਬੁਰਾਈਆਂ ਤੋਂ, ਇਹਨਾਂ ਪਾਪਾਂ ਤੋਂ, ਇਹਨਾਂ ਹਾਲਾਤਾਂ ਤੋਂ ਤੁਸੀਂ ਤਾਂ ਛੁੱਟ ਸਕਦੇ ਹੋ, ਕਲਯੁਗ ਦੇ ਸਮੇਂ ਦੇ ਪ੍ਰਭਾਵ ਤੋਂ ਤਾਂ ਤੁਹਾਡਾ ਛੁਟਕਾਰਾ ਹੋ ਸਕਦਾ ਜੇਕਰ ਤੁਸੀਂ ਆਪਣੇ ਆਪ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਰੰਗ ਵਿਚ ਰੰਗ ਲਵੋਗੇ। ਹੰਤਾ ਸੰਤ, ਹਾਂਜੀ, ਜਹ ਤਹ ਬੜਾ ਪਾਪ ਕਾ ਕਰਮ, ਜਿੱਥੇ ਤਿੱਥੇ ਸਭ ਥਾਵਾਂ ਤੇ ਪਾਪਾਂ ਦਾ ਕਰਮ ਵੱਧ ਗਿਆ, ਜਗ ਤੇ ਘਟਾ ਧਰਮ ਕਾ ਭਰਮ, ਤੇ ਧਰਮ ਦਾ ਜਿਹੜਾ ਭਲ ਮਨਸਾਉ ਪੁਣਾ ਸੀ ਉਹ ਜਗਤ ਵਿਚੋਂ ਘਟ ਗਿਆ, ਧਰਮ ਘਟ ਦੀ ਸ਼ਕਤੀ ਘਟ ਗਈ। ਪਾਪ ਪਰਚੁਰ ਜਹ ਤਹ ਜਗ ਭਇਓ, ਜਗਤ ਵਿਚ ਜਿੱਥੇ ਤਿੱਥੇ ਸਭ ਪਾਸੇ ਪਾਪ ਹੀ ਪਾਪ ਪ੍ਰਵਿਰਤ ਹੋ ਗਿਆ, ਪੰਖਣ ਧਾਰ ਧਰਮ ਉੱਡ ਉੱਡ ਗਯੋ, ਖੰਭਾਂ ਨੂੰ ਧਾਰ ਕੇ, ਖੰਭਾਂ ਨੂੰ ਲਗਾ ਕੇ ਧਰਮ ਉੱਡ ਗਿਆ, ਇੰਜ ਪ੍ਰਤੀਤ ਹੁੰਦਾ ਜਿਵੇਂ ਧਰਮ ਕਿਤੇ ਰਿਹਾ ਨਾ ਹੋਵੇ। ਨਹੀਂ ਨਹੀਂ ਹੋਣ ਲੱਗੀ ਇਨਤ ਬਾਤ, ਜੇ ਤਾਂ ਪ੍ਰਤੀ ਨਵੀਆਂ ਨਵੀਆਂ ਗੱਲਾਂ ਹੋਣ ਲੱਗ ਪਈਆਂ, ਔਰ ਕਈ ਵਾਰੀ ਐਸੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ, ਤੇ ਫਿਰ ਲੋਕ ਕਹਿੰਦੇ ਜੀ ਕਲਯੁਗ ਹੈ, ਕਲਯੁਗ ਜੀ, ਜੈ ਤੈ ਬਾੜ ਚਲਿਓ ਉਤਪਾਤ, ਜਿੱਥੇ ਤਿੱਥੇ ਸਭ ਥਾਵਾਂ ਵਿਚ ਉਪਦਰ ਵੀ ਉਪਦਰ ਜਿਹੜੇ ਨੇ, ਪਾਪ ਹੀ ਪਾਪ ਵੱਧ ਚੱਲੇ ਨੇ, ਸਭ ਜਗ ਚਲਤੇ ਔਰ ਹੀ ਕਰਮ, ਸਾਰਾ ਜਗਤ ਸਾਰਾ ਸੰਸਾਰ ਸਿਰਫ ਇੱਕ ਦੇਸ਼ ਦੀ ਦਾ ਵਰਣਨ ਨਹੀਂ ਕਰ ਰਹੇ, ਸਾਰਾ ਜਗਤ ਸਾਰਾ ਸੰਸਾਰ ਜਿਹੜਾ ਹੋਰ ਹੋਰ ਪ੍ਰਕਾਰ ਦੇ ਕਰਮਾਂ ਵਾਲੇ ਪਾਸੇ ਹੀ ਚੱਲ ਪਿਆ ਹੈ। ਜੈ ਤੈ ਘਟ ਗਯੋ ਤਰਾ ਤਰਾ ਧਰਾ ਤੇ ਧਰਮ, ਜਿੱਥੇ ਤਿੱਥੇ ਧਰਾ ਧਰਤੀ ਤੋਂ ਧਰਮ ਘਟ ਗਿਆ, ਧਰਮ ਦੀ ਸ਼ਕਤੀ ਖੀਣ ਹੋ ਗਈ। ਮਾਲਤੀ ਛੰਦ, ਕਹਿੰਦੇ ਨੇ ਸਪੇਨ ਵਿਚ 18,000 ਮਸਜਿਦਾਂ ਸਨ, ਅੱਜ ਕੋਈ ਮਸਜਿਦ ਵੀ ਨਹੀਂ ਰਹੀ, ਉੱਥੇ ਜਾ ਕੇ ਕੋਈ ਵੀ ਨਹੀਂ ਕਹਿੰਦਾ ਅੱਲਾਹੂ ਅਕਬਰ, ਅੱਲਾ ਹੀ ਸਭ ਤੋਂ ਵੱਡਾ ਹੈ, ਕੋਈ ਨਹੀਂ ਦਿੰਦਾ, ਕੋਈ ਉੱਥੇ ਬਾਂਗ ਨਹੀਂ ਦਿੰਦਾ, ਕੋਈ ਉੱਥੇ ਨਮਾਜ਼ ਨਹੀਂ ਪੜ੍ਹਦਾ, ਕੋਈ ਉੱਥੇ ਕੁਰਾਨੇ ਤਿਲਾਵਤ ਨਹੀਂ ਕਰਦਾ, ਕੋਈ ਹਦੀਸਾਂ ਦਾ ਵਖਿਆਨ ਵਾਸ ਨਹੀਂ ਕਰਦਾ। ਇਸੇ ਤਰ੍ਹਾਂ ਸਾਰੇ ਜਗਤ ਦੀ ਅਵਸਥਾ ਬਦਲਦੀ ਜਾਂਦੀ ਹੈ। ਇਹਨਾਂ ਮੁਲਕਾਂ ਵਿਚ ਵੀ ਹੁਣ ਕਿੰਨੇ ਕੁ ਲੋਕ ਚਰਚ ਵਿਚ ਜਾਂਦੇ ਨੇ, ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜੇ ਜਗਤ ਦੇ ਅੰਦਰ ਧਰਤੀ ਤੋਂ ਗਏ ਤੇ ਜਿੱਥੇ ਤਿੱਥੇ ਧਰਤੀ ਤੋਂ ਧਰਮ ਜਿਹੜਾ ਸੀ ਘਟ ਗਿਆ। ਮਾਲਤੀ ਛੰਦ, ਜਹ ਤਹ ਦੇਖੀਅਤ, ਜਿੱਥੇ ਤਿੱਥੇ ਦੇਖੀਦਾ ਹੈ, ਜਿਸ ਪਾਸੇ ਦੇਖੋ, ਜਿਸ ਪਾਸੇ ਨਜ਼ਰ ਉਠਾਓ, ਤਹ ਤਹ ਤਿੱਥੇ ਤਿੱਥੇ ਅਧਰਮ ਹੀ ਪਾਪ ਹੀ ਦੇਖੀਦਾ ਹੈ। ਸਕਲ ਕੁਕਰਮੀ, ਸਾਰੇ ਲੋਕ ਮਾੜੇ ਕਰਮਾਂ ਵਾਲੇ ਹੋ ਗਏ। ਵਾਹ, ਬਾਪ ਜੇ ਆਪ ਹੀ ਮਾੜੇ ਕਰਮਾਂ ਵਾਲੇ ਪਾਸੇ ਪਰਵਿਰਤ ਹੋਵੇਗਾ, ਉਹ ਬੇਟੇ ਨੂੰ ਕੀ ਸਮਝਾ ਸਕੇਗਾ? ਜੇ ਮਾਂ ਹੀ ਕੁਕਰਮਨ ਹੋ ਜਾਵੇਗੀ ਉਹ ਧੀ ਨੂੰ ਕਿਵੇਂ ਸਮਝਾਵੇਗੀ? ਜੇ ਸਸਤਾ ਹੀ ਇਖਲਾਕ ਨਹੀਂ ਹੋਵੇਗਾ ਉਹ ਨੂੰ ਕਿਵੇਂ ਰੋਕ ਸਕੇਗੀ? ਇਸ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ ਸਾਰੇ ਮਾੜੇ ਕਰਮੀ ਹੋ ਗਏ, ਕਹੂੰ ਨਾ ਧਰਮੀ, ਕਿਤੇ ਕੋਈ ਧਰਮੀ ਨਾ ਰਿਹਾ। ਜਹ ਤਹ ਗੁਨੀਅਤ, ਜਿੱਥੇ ਤਿੱਥੇ ਗੁਨੀਅਤ ਵਿਚਾਰੀ ਦਾ ਹੈ, ਤਹ ਤਹ ਸੁਨੀਅੰਤ, ਕਹਿੰਦੇ ਤਿੱਥੇ ਤੇ ਤਿੱਥੇ ਸੁਨੀਤਾ ਸੁਨੀਦਾ ਹੈ, ਸਭ ਪਾਸਾਂ ਤੇ ਖਬਰਾਂ ਸੁਣੀ ਦੀਆਂ ਨੇ, ਵਿਚਾਰਾਂ ਸੁਣੀ ਦੀਆਂ ਨੇ। ਗੰਗਾ ਨਗਰ ਜਿੱਥੇ ਮਹਾਂਪੁਰਸ਼ ਹਰ ਸਾਲ ਜਾਂਦੇ ਸਨ, ਉਸ ਇਲਾਕੇ ਵਿਚ 70 ਸਾਲ ਦੀ ਬਜ਼ੁਰਗ ਔਰਤ ਪੋਤਰਿਆਂ ਪੜ ਪੋਤਰਿਆਂ ਦੋਤਰਿਆਂ ਤੋਂ ਪੜ ਦੋਤਰਿਆਂ ਵਾਲੀ ਤੇ 80 ਸਾਲਾਂ ਦੇ ਬਜ਼ੁਰਗ ਨੇ ਹੁਣ ਵਿਆਹ ਕੀਤਾ। ਤੋ ਕਹਿੰਦੇ ਨੇ ਇਵੇਂ ਇਹੋ ਜਿਹੀਆਂ ਤਿੱਥੇ ਤਿੱਥੇ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਸੁਣੀਆਂ ਜਾਂਦੀਆਂ ਹਨ। ਸਭ ਜਗ ਪਾਪੀ, ਸਾਰਾ ਜਗਤ ਪਾਪੀ ਹੈ, ਕਹੂੰ ਨਾ ਜਾਪੀ, ਕਿਤੇ ਕਹੂੰ ਕਿਤੇ ਵੀ ਕੋਈ ਪਰਮੇਸ਼ਵਰ ਦਾ ਜਾਪ ਕਰਨ ਵਾਲਾ ਪ੍ਰਤੀਤ ਨਹੀਂ ਹੁੰਦਾ। ਕਿੰਨਾ ਜ਼ੋਰ ਲਾ ਲਾ ਕੇ ਲੋਕ ਰਾਜਨੀਤਿਕ ਲੋਕਾਂ ਦੀ ਤਾਰੀਫ ਕਰਦੇ ਸਨ, ਅਸੀਂ ਵੀ
ਆਪਣੇ ਧਾਰਮਿਕ ਆਗੂਆਂ ਦਾ ਗੁਰੂ ਕੀ ਹਜ਼ੂਰੀ ਵਿਚ ਕਿਤਨਾ ਜ਼ੋਰ ਲਗਾ ਲਗਾ ਕੇ ਉਹਨਾਂ ਦੀਆਂ ਤਾਰੀਫਾਂ ਕਰਦੇ ਸਾਂ, ਕਿੰਨੇ ਹਾਰ ਉਹਨਾਂ ਨੂੰ ਪਾਉਂਦੇ ਸਾਂ। ਅਸੀਂ ਤੇ ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦਿਆ, ਕਦੇ ਨੋਟਾਂ ਦੇ ਹਾਰਾਂ ਦੇ ਨਾਲ ਲੱਦਿਆ, ਔਰ ਉਹਨਾਂ ਨੇ ਕੌਮ ਨੂੰ ਬਿਪਤਾ ਤੇ ਦੁੱਖਾਂ ਦੇ ਨਾਲ ਹੀ ਲੱਦ ਦਿੱਤਾ।